ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਓਮ ਗਲੋਬਲ ਦੇ ਬਠਿੰਡਾ ਆਫਿਸ ਤੋਂ ਅੱਜ ਸਾਡੇ ਨਾਲ ਮੌਜੂਦ ਨੇ ਮੈਡਮ ਪ੍ਰਿਤਪਾਲ ਕੌਰ ਜੀ। ਸੋ ਪਿਛਲੀ ਵਾਰ ਜਦੋਂ ਮਿਲੇ ਸੀ ਤਦੋਂ ਕਨੇਡਾ ਜਾਣ ਵਾਲੇ ਬੱਚਿਆਂ ਦੀ ਗੱਲ ਕੀਤੀ ਸੀ। ਬਹੁਤ ਭਰਵਾਂ ਹੁੰਗਾਰਾ ਮਿਲਿਆ ਬਠਿੰਡਾ ਦੇ ਵਿੱਚੋਂ, ਮਾਲਵੇ ਦੇ ਲੋਕਾਂ ਦਾ ਬਹੁਤ ਪਿਆਰ ਵਿਖਾਇਆ ਓਮ ਗਲੋਬਲ 'ਤੇ, ਕਿਉਂਕਿ ਬਹੁਤ ਸਮੇਂ ਤੋਂ ਡਿਮਾਂਡ ਸੀ ਕਿ ਬਠਿੰਡਾ ਦੇ ਵਿੱਚ, ਮਾਲਵੇ ਦੇ ਵਿੱਚ ਓਮ ਗਲੋਬਲ ਦਾ ਦਫ਼ਤਰ ਖੋਲ੍ਹਿਆ ਜਾਵੇ। ਸੋ ਦਫ਼ਤਰ ਖੁੱਲ੍ਹ ਗਿਆ, ਬਹੁਤ ਬੱਚੇ ਇੱਥੇ ਆ ਕੇ ਅਪਲਾਈ ਕਰ ਰਹੇ ਨੇ। ਕਿਉਂ? ਕਿਉਂਕਿ ਬੱਚਾ ਇਹ ਕਹਿੰਦਾ ਕਿ ਭਾਵੇਂ ਸਾਡਾ ਵੀਜ਼ਾ ਲੱਗੇ ਭਾਵੇਂ ਸਾਡਾ ਵੀਜ਼ਾ ਨਾ ਲੱਗੇ, ਘੱਟੋ ਘੱਟ ਪੈਸੇ ਦਾ ਨੁਕਸਾਨ ਨਹੀਂ ਇੱਥੇ ਹੁੰਦਾ, ਕਿਉਂਕਿ ਓਮ ਗਲੋਬਲ ਦੀ ਇਹ ਰੀਤ ਆ ਕਿ ਅਸੀਂ ਪੈਸਾ ਐਡਵਾਂਸ ਨਹੀਂ ਫੜਨਾ। ਕਿਸੇ ਵੀ ਦਫ਼ਤਰ ਦੇ ਵਿੱਚ ਐਡਵਾਂਸ ਪੈਸਾ ਨਹੀਂ ਲੈਂਦੇ, ਚਾਹੇ ਉਹ ਅੰਮ੍ਰਿਤਸਰ ਦਫ਼ਤਰ ਦੀ ਗੱਲ ਹੋਵੇ, ਚਾਹੇ ਉਹ ਜਲੰਧਰ ਦਫ਼ਤਰ ਦੀ ਗੱਲ ਹੋਵੇ, ਚਾਹੇ ਉਹ ਬਠਿੰਡਾ ਦਫ਼ਤਰ ਦੀ ਗੱਲ ਹੋਵੇ, ਭਾਵੇਂ ਉਹ ਚੰਡੀਗੜ੍ਹ ਦਫ਼ਤਰ ਦੀ ਗੱਲ ਹੋਵੇ, ਪੈਸਾ ਉਦੋਂ ਲੈਣਾ ਹੈ ਜਿੱਦਣ ਤੁਹਾਡੇ ਪਾਸਪੋਰਟ 'ਤੇ ਵੀਜ਼ਾ ਲੱਗ ਜਾਂਦਾ। ਸੋ ਪ੍ਰਿਤਪਾਲ ਕੌਰ ਹੋਣਾ ਦਾ ਸਵਾਗਤ ਕਰ ਲੈਂਦੇ ਹਾਂ ਬਠਿੰਡਾ ਬ੍ਰਾਂਚ ਤੋਂ। ਔਰ ਸ਼ੋਅ ਦੇ ਦੌਰਾਨ ਗੱਲਾਂ ਬਾਤਾਂ ਸੁਣੋ, ਚੰਗੀਆਂ ਲੱਗਣ ਅਮਲ ਕਰੋ, ਕੋਈ ਸਵਾਲ ਪੁੱਛਣਾ ਹੈ ਤਾਂ 9161 9167 'ਤੇ ਕਾਲ ਕਰੋ। ਮੈਡਮ ਪ੍ਰਿਤਪਾਲ ਕੌਰ ਜੀ, ਬਹੁਤ ਸਵਾਗਤ ਹੈ ਜੀ। ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ, ਸਭ ਤੋਂ ਪਹਿਲਾਂ ਤਾਂ ਜਦੋਂ ਪਿਛਲੀ ਵਾਰ ਆਪਾਂ ਮੰਚ 'ਤੇ ਇਕੱਠੇ ਹੋਏ ਸੀ, ਕਨੇਡਾ ਜਾਣ ਬਾਰੇ ਗੱਲਬਾਤ ਕੀਤੀ ਜੀ, ਕਿਵੇਂ ਦਾ ਪਿਆਰ ਮਿਲਿਆ ਲੋਕਾਂ ਦਾ? ਕਿਉਂਕਿ ਬੜੀ ਸਾਫ਼ ਸੁਥਰੀ ਟਰਾਂਸਪੇਰੈਂਟ ਅਸੀਂ ਗੱਲਬਾਤ ਕੀਤੀ ਇੱਥੇ। ਸੋ ਲੱਗਿਆ ਕਿ ਲੋਕਾਂ ਨੂੰ ਯਕੀਨ ਆਉਂਦਾ ਇਹ ਗੱਲ 'ਤੇ? ਜੀ, ਬਹੁਤ ਵਧੀਆ। ਸਾਨੂੰ ਡਰ ਸੀ ਕਿ ਬਠਿੰਡਾ ਅਸੀਂ ਓਪਨ ਕਰ ਰਹੇ ਹਾਂ, ਇੱਥੇ ਨਵਾਂ ਇੱਕ ਉਪਰਾਲਾ ਕੀਤਾ ਸੀ ਬ੍ਰਾਂਚ ਓਪਨ ਕਰਨ ਦਾ। ਸੋ ਬੱਚੇ ਜਾਂਦੇ ਸੀ ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ। ਸੋ ਡਰ ਸੀ ਕਿ ਕਿਤੇ ਨਾ ਕਿਤੇ ਇੱਥੇ ਲੋਕ ਆਉਣਗੇ ਕਿ ਨਹੀਂ, ਹਾਲੇ ਕਿੱਦਾਂ ਦਾ ਟਰੱਸਟ ਬਣੇਗਾ ਲੋਕਾਂ ਦਾ। ਸੋ ਬਹੁਤ ਵਧੀਆ ਸਾਨੂੰ ਹੁੰਗਾਰਾ ਮਿਲ ਰਿਹਾ ਗਾ, ਬੱਚੇ ਆ ਵੀ ਰਹੇ ਨੇ, ਜੋ ਆਪਾਂ ਗੱਲਾਂ ਕੀਤੀਆਂ ਉਹਨਾਂ 'ਤੇ ਉਹਨਾਂ ਨੇ ਅਮਲ ਵੀ ਕੀਤਾ ਵਾ। ਉਹਦੇ ਅਕੋਰਡਿੰਗ ਦੇਖਿਆ ਜਾਏ ਤਾਂ ਆਪਣੇ ਕੋਲ ਇਨਰੋਲਮੈਂਟਸ ਵੀ ਕਹੀਏ ਹੋਈਆਂ, ਤਾਂ ਉਹਨਾਂ ਨੇ ਪ੍ਰੋਪਰ ਟਰੱਸਟ ਜਿੱਦਾਂ ਬਾਕੀ ਬ੍ਰਾਂਚਸ 'ਤੇ ਦਿਖਾਉਂਦੇ ਸੀ, ਕਿਉਂਕਿ ਓਮ ਦੇਖਿਆ ਜਾਏ ਇੱਕ ਹੈ, ਉਹਦੇ ਬ੍ਰਾਂਚਸ ਨੇ ਅਲੱਗ ਅਲੱਗ। ਸੋ ਉਹ ਚੀਜ਼ ਸਮਝੀ ਲੋਕਾਂ ਨੇ, ਸੋ ਆ ਰਹੇ ਨੇ, ਬਹੁਤ ਵਧੀਆ ਪਿਆਰ ਮਿਲ ਰਿਹਾ। ਸੋ ਇਹੀ ਹੈ ਕਿ ਅੱਗੇ ਵੀ ਉਹੀ ਚੀਜ਼ਾਂ ਆਪਾਂ ਕਰਨੀਆਂ ਨੇ। ਸੋ ਨਵੀਆਂ ਕੰਟਰੀਜ਼ ਨੇ ਜਿਹੜੀਆਂ ਕੋਵਿਡ ਤੋਂ ਬਾਅਦ ਓਪਨ ਹੋਈਆਂ, ਨਹੀਂ ਪਤਾ ਸੀ ਲੋਕਾਂ ਨੂੰ, ਤਾਂ ਹੁਣ ਅਸੀਂ ਉਹ ਸਾਰਾ ਕੁਛ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਕਿਹੜੀ ਕੰਟਰੀ ਤੁਸੀਂ ਜਾਓ, ਕਿਵੇਂ ਕਰਨਾ। ਸੋ ਬਹੁਤ ਵਧੀਆ ਹੁੰਗਾਰਾ ਕਹੀਏ ਤਾਂ ਮਿਲ ਰਿਹਾ ਸਰ ਜੀ। ਸੋ ਬਠਿੰਡਾ ਬ੍ਰਾਂਚ ਦੀ ਗੱਲ ਕਰ ਲਈਏ ਤਾਂ ਅੱਜ ਵੀ ਜਦੋਂ ਅਸੀਂ ਆਏ ਤਾਂ ਬਹੁਤ ਸਾਰੇ ਬੱਚੇ ਬੈਠੇ ਸੀ ਕਨੇਡਾ ਜਾਣ ਲਈ, ਔਰ ਕੁਛ ਇੱਕ ਬੱਚੇ ਸੀ ਜਿਹੜੇ ਕਹਿੰਦੇ ਸੀ ਅਸੀਂ ਯੂਰਪ ਜਾਣਾ। ਸੋ ਇੱਥੇ ਮੈਂ ਬਠਿੰਡਾ ਦੇ ਵਿੱਚ ਪਿਛਲੀ ਵਾਰ ਵੀ ਜਦੋਂ ਆਇਆ ਸੀ ਨਾ, ਅਤੇ ਯੂਰਪ ਨੂੰ ਲੈ ਕੇ, ਸ਼ੈਨਗਨ ਮੁਲਕਾਂ ਨੂੰ ਲੈ ਕੇ ਵੀ ਬਹੁਤ ਕਰੇਜ਼ ਆ ਲੋਕਾਂ ਦੇ ਵਿੱਚ, ਅਤੇ ਅਕਸਰ ਸੁਣਦੇ ਹਾਂ ਕਿ ਬਠਿੰਡਾ ਵਾਲੇ ਪਾਸਿਓਂ ਮਾਲਵੇ ਦੇ ਲੋਕ ਸਿੰਗਾਪੁਰ ਅਤੇ ਯੂਰਪ ਬਹੁਤ ਜਾਂਦੇ ਆ। ਸੋ ਕੀ ਰੀਜ਼ਨ ਕੀ ਹੈ, ਕਿਉਂ ਲੋਕਾਂ ਨੂੰ ਯੂਰਪ ਦੇ ਨਾਲ ਪਿਆਰ ਹੈ ਇੱਥੋਂ? ਦੇਖੋ ਸਰ, ਇਹ ਚੀਜ਼ ਹੈ, ਕਈ ਵਾਰ ਹੁਣ ਜੋ ਬੱਚੇ ਆਪਾਂ ਦੇਖੀਏ 6 ਈਚ ਹੈ, 6 ਓਵਰਆਲ ਨੇ, 6.5 ਨੇ, ਸੋ ਬਹੁਤ ਸਿੱਧੀ ਜਿਹੀ ਗੱਲ ਹੈ ਕਿ ਉਹਨਾਂ ਨੂੰ ਕੈਨੇਡਾ ਹੀ ਦਿਖਦਾ। ਲਾਸਟ ਟਾਈਮ ਵੀ ਆਪਾਂ ਡਿਸਕਸ ਕੀਤਾ ਸੀ ਕਿ ਉੱਥੇ ਪੁਸ਼ਤੈਨਾ ਆਪਾਂ ਕਹਿ ਦਈਏ ਤਾਂ ਬੈਠੀਆਂ ਹੋਈਆਂ ਨੇ। ਸੋ ਸੈਕਿੰਡ ਜੋ ਚੀਜ਼ ਆਉਂਦੀ ਹੈ ਉਹ ਹੈ ਯੂਰਪ। ਯੂਰਪ ਦੇ ਵਿੱਚ ਉਹਨਾਂ ਨੂੰ ਪਤਾ ਕਿ ਕਿਤੇ ਨਾ ਕਿਤੇ ਜੋ ਸਾਡਾ ਫਿਊਚਰ ਹੈ ਉਹ ਸੇਫ ਹੈ, ਅਸੀਂ ਇੱਥੋਂ ਜਾਂਦੇ ਹਾਂ, ਤਾਂ ਮੇਨਲੀ ਆਪਾਂ ਨੂੰ ਕੀ ਚਾਹੀਦਾ ਕਿ ਆਪਣਾ ਫਿਊਚਰ ਸੈਟਲ ਹੋਵੇ। ਸੋ ਬੱਚੇ ਇੱਥੋਂ ਦੇ ਕਾਫੀ ਅਵੇਅਰ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ। ਇਕੱਲਾ ਇਹ ਨਹੀਂ ਰਹਿ ਗਿਆ ਹੁਣ ਕਿ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ। ਯੂਰਪ 'ਚ ਉਹਨਾਂ ਨੂੰ ਆਪਣਾ ਫਿਊਚਰ ਦਿਖ ਰਿਹਾ, ਉਹ ਐਲੀਜੀਬਲ ਨਹੀਂ ਹੈਗੇ ਕੈਨੇਡਾ ਦੇ ਲਈ, ਤਾਂ ਉਹ ਯੂਰਪ ਜਾਂਦੇ ਨੇ ਜੀ। ਸੋ ਇਹ ਵੀ ਕਾਰਨ ਹੋ ਸਕਦਾ ਕਿ ਯੂਰਪ ਦੇ ਵਿੱਚ ਖਰਚੇ ਘੱਟ ਹੁੰਦੇ ਆ, ਬਜਟ ਘੱਟ ਹੁੰਦਾ ਹੈ, ਤਾਂ ਲੋਕ ਜਾ ਰਹੇ ਨੇ, ਅਤੇ ਕਨੇਡਾ ਦੇ ਲਈ 6 ਬੈਂਡ ਚਾਹੀਦੇ ਆ, ਕਿਉਂਕਿ ਕਈ ਵਾਰ ਬੱਚਾ ਬੈਂਡ ਲੈਣ ਤੋਂ ਡਰ ਜਾਂਦਾ। ਮੈਂ ਇਹੋ ਅਸਲ 'ਚ ਬੱਚੇ ਵੇਖੇ ਜਿਹੜੇ 2020 ਦੇ ਵਿੱਚ ਪਾਸ ਆ, 2019 ਦੇ ਵਿੱਚ ਪਾਸ ਆ, ਨੰਬਰ 80-80% ਹੈਗੇ ਆ, ਪਰ ਆਈਲੈਟਸ ਜਦੋਂ ਕਰਨ ਜਾਂਦੇ ਡਰ ਜਾਂਦੇ, ਨਹੀਂ ਸਾਡੇ ਆਈਲੈਟਸ ਨਹੀਂ ਹੋਣੇ ਜੀ। ਕੀ ਇਹ ਵੀ ਕਾਰਨ ਤਾਂ ਯੂਰਪ ਜਾ ਰਿਹਾ ਬੱਚਾ? ਬਿਲਕੁਲ ਸਰ, ਦੇਖੋ ਹਰ ਕੋਈ ਬੱਚਾ ਆਇਲਸ ਨਹੀਂ ਕਰ ਸਕਦਾ, ਹਰ ਕਿਸੇ ਦੀ ਜੇਬ ਇੰਨਾ ਅਲਾਓ ਨਹੀਂ ਕਰਦੀ ਕਿ ਉਹ 15 ਲੱਖ 16 ਲੱਖ ਰੁਪਇਆ ਖਰਚ ਕਰੇ, ਤਾਂ ਡੈਫੀਨੇਟਲੀ ਉਹ ਫਿਰ ਯੂਰਪ ਵੱਲ ਹੀ ਰੁਝਾਨ ਵਧੇਗਾ ਜੇ ਆਪਾਂ ਕਹਾਂਗੇ। ਤਾਂ ਯੂਰਪ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਬੱਚੇ ਦਾ ਫਿਊਚਰ ਸਕਸੈਸਫੁੱਲ ਹੈ, ਕਹਿ ਦਿਓ ਉਹਨਾਂ ਦਾ ਬਜਟ ਘੱਟ ਹੈ ਤਾਂ ਉਹ ਜਾ ਸਕਦੇ ਨੇ, ਆਇਲਸ ਨਹੀਂ ਕੀਤਾ ਤਾਂ ਵੀ ਬੱਚਾ ਯੂਰਪ ਜਾ ਸਕਦਾ ਜੀ। ਸੋ ਅੱਜ ਯੂਰਪ ਨੂੰ ਆਪਾਂ ਡਿਸਕਸ ਕਰਨੇ, ਅਗਲੇ 15-20 ਮਿੰਟ ਜਿਹੜੇ ਨੇ ਉਹ ਯੂਰਪ 'ਤੇ ਲਾਉਂਦੇ ਹਾਂ। ਅਤੇ ਜਦੋਂ ਯੂਰਪ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਮੁਲਕ ਐਸੇ ਨੇ ਜਿਹੜੇ ਦਿਮਾਗ 'ਚ ਆਉਂਦੇ ਨੇ, ਜਰਮਨ ਦੀ ਗੱਲ ਕਰ ਲਈਏ, ਇਟਲੀ ਦੀ ਗੱਲ ਕਰ ਲਈਏ, ਪੋਲੈਂਡ ਦੀ ਗੱਲ ਕਰ ਲਈਏ, ਸਵੀਡਨ ਦੀ ਗੱਲ ਕਰ ਲਈਏ, ਫਿਨਲੈਂਡ ਦੀ ਗੱਲ ਕਰ ਲਈਏ, ਅਤੇ ਮਾਲਟਾ ਦੀ ਗੱਲ ਕਰ ਲਈਏ, ਲਾਤਵੀਆ ਦੀ ਗੱਲ ਕਰ ਲਈਏ, ਇਹ ਸਾਰੇ ਮੁਲਕ ਜਿਹੜੇ ਨੇ ਸ਼ੈਨਗਨ ਦਾ ਹਿੱਸਾ ਹੈ ਜੀ। ਤਾਂ ਇਹਨੂੰ ਸ਼ੈਨਗਨ ਮੁਲਕ ਕਹਿੰਦੇ ਆ, ਕੁਛ ਕੰਟਰੀਜ਼ ਨੂੰ ਯੂਰੋਪੀਅਨ ਕੰਟਰੀਜ਼ ਅਸੀਂ ਕਹਿੰਦੇ ਹਾਂ, ਫੋਰ ਐਗਜ਼ਾਮਪਲ ਸਾਈਪ੍ਰਸ ਨੂੰ ਯੂਰੋਪੀਅਨ ਕੰਟਰੀ ਅਸੀਂ ਕਹਿੰਦੇ ਸੀ, ਮਾਲਡੋਵਾ ਜਿਹੜੀ ਹੈ ਉਹਨੂੰ ਅਸੀਂ
ਯੂਰੋਪੀਅਨ ਕੰਟਰੀ ਕਹਿੰਦੇ ਸੀ, ਯੂਕਰੇਨ ਅਸੀਂ ਉਹਨੂੰ ਜਿਹੜੀ ਆ ਯੂਰੋਪੀਅਨ ਕੰਟਰੀ ਕਹਿੰਦੇ ਸੀ। ਸੋ ਇਹ ਯੂਰਪ ਦੀ ਕੰਟਰੀਆਂ ਅਤੇ ਸ਼ੈਨਗਨ ਕੰਟਰੀਆਂ, ਇਹਨਾਂ ਵਿੱਚ ਫਰਕ ਕੀ ਹੈ? ਬੱਚਾ ਯੂਰਪ ਜਾਵੇ ਕਿ ਸ਼ੈਨਗਨ ਜਾਵੇ? ਸੋ ਜੇ ਸ਼ੈਨਗਨ ਦੀ ਗੱਲ ਕਰੀਏ ਤਾਂ 26 ਕੰਟਰੀਜ਼ ਟੋਟਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਬੱਚੇ ਨੂੰ ਇੱਕ ਕੰਟਰੀ ਦਾ ਵੀਜ਼ਾ ਮਿਲਦਾ ਤਾਂ ਉਹ ਸੈਕਿੰਡ ਕੰਟਰੀ, ਥਰਡ ਕੰਟਰੀ ਜਿਹੜੀ 'ਚ ਵੀ ਜਾਣਾ ਉਹ ਅੱਗੇ ਟਰੈਵਲ ਕਰ ਸਕਦਾ, ਉਹਨਾਂ ਨੂੰ ਪਰਮਿਸ਼ਨ ਹੁੰਦੀ ਹੈ। ਸੋ 26 ਕੰਟਰੀਜ਼ ਦਾ ਵੀਜ਼ਾ ਉਹਨਾਂ ਦੇ ਪਾਸਪੋਰਟ 'ਤੇ ਇੱਕ ਤਰ੍ਹਾਂ ਨਾਲ ਲੱਗ ਜਾਂਦਾ ਹੈ। ਸੋ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਜੇ ਆਪਾਂ ਕਹਿ ਲਓ ਤਾਂ ਉੱਥੇ ਬੱਚੇ ਦੀ ਇੰਟਰਵਿਊ ਨਹੀਂ ਹੁੰਦੀ ਮੇਨ, ਸ਼ੈਨਗਨ ਦੇ ਵਿੱਚ ਇੰਟਰਵਿਊ ਹੁੰਦੀ ਹੈ। ਸੋ ਬੱਚੇ ਦਾ ਜੇਕਰ ਇੰਨਾ ਲੈਵਲ ਹੈ ਕਿ ਉਹ ਇੰਟਰਵਿਊ ਕਰ ਸਕਦਾ ਤਾਂ ਉਹ ਬੱਚਾ ਸ਼ੈਨਗਨ ਦੇ ਵਿੱਚ ਅਪਲਾਈ ਕਰ ਸਕਦਾ, ਨਹੀਂ ਤਾਂ ਫਿਰ ਬੱਚੇ ਕੋਲ ਯੂਰਪ ਦੇ ਆਪਸ਼ਨ ਹੈਗੇ, ਯੂਰਪ ਕੋਈ ਇੰਟਰਵਿਊ ਨਹੀਂ ਲੈਂਦਾ। ਐਜ਼ ਕੰਪੇਅਰ ਟੂ ਸ਼ੈਨਗਨ ਯੂਰਪ ਦਾ ਥੋੜ੍ਹਾ ਬਜਟ ਵੀ ਘੱਟ ਹੈ, ਸੋ ਉਹ ਬੱਚੇ ਨੂੰ ਆਪਾਂ ਯੂਰਪ ਦੇ ਲਈ ਕਹਿ ਸਕਦੇ ਹਾਂ ਕਿ ਉਹ ਬੱਚਾ ਈਜ਼ੀਲੀ ਅਪਲਾਈ ਕਰ ਸਕਦਾ ਯੂਰਪ। ਚਲੋ ਆਪਾਂ ਜੀ, ਉਹ ਸ਼ੋਅ ਬਹੁਤ ਛੋਟਾ ਜਿਹਾ ਹੁੰਦਾ ਹੈ, ਕੋਸ਼ਿਸ਼ ਕਰਦੇ ਹਾਂ ਕਿ ਛੋਟੇ ਦੇ ਸ਼ੋਅ ਦੇ ਵਿੱਚ ਅਸੀਂ ਤਮਾਮ ਗੱਲਾਂ ਜਿਹੜੀਆਂ ਡਿਸਕਸ ਕਰ ਲਈਏ। ਹੁਣ ਆਪਾਂ ਸ਼ੈਨਗਨ ਤੋਂ ਸ਼ੁਰੂ ਕਰ ਲੈਂਦੇ ਹਾਂ। ਜੇਕਰ ਕੋਈ ਸ਼ੈਨਗਨ ਜਾਣਾ ਚਾਹੁੰਦਾ ਹੈ, ਯੂਰੋਪੀਅਨ ਕੰਟਰੀ 'ਚ ਜਾਣਾ ਚਾਹੁੰਦਾ ਹੈ, ਅਤੇ ਸ਼ੈਨਗਨ ਦੇ ਵਿੱਚ ਆਪਾਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਵੀਜ਼ਾ ਲਗਵਾ ਕੇ ਦੇ ਸਕਦੇ ਹਾਂ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਉਤਾਵਲੇ ਹੁੰਦੇ ਨੇ ਮਾਲਟਾ ਜਾਣ ਲਈ, ਲੋਕ ਉਤਾਵਲੇ ਹੁੰਦੇ ਨੇ ਲਾਤਵੀਆ ਜਾਣ ਲਈ, ਲੋਕ ਉਤਾਵਲੇ ਹੁੰਦੇ ਨੇ ਇਟਲੀ ਜਾਣ ਲਈ, ਲੋਕ ਉਤਾਵਲੇ ਹੁੰਦੇ ਨੇ ਪੋਲੈਂਡ ਜਾਣ ਲਈ, ਲੋਕ ਉਤਾਵਲੇ ਹੁੰਦੇ ਨੇ ਪੁਰਤਗਾਲ ਜਾਣ ਲਈ। ਕੀ ਇਹਨਾਂ ਸਾਰੀ ਕੰਟਰੀ 'ਚ ਆਪਾਂ ਵੀਜ਼ਾ ਲਗਵਾ ਦਾਂਗੇ ਬੱਚਿਆਂ ਦੇ? ਜੀ ਬਿਲਕੁਲ, ਸ਼ੈਨਗਨ 'ਚ ਕੋਈ ਵੀ ਕੰਟਰੀ ਹੈ, ਬੱਚਾ ਐਲੀਜੀਬਲ ਹੈ ਤਾਂ ਅਪਲਾਈ ਕਰਨਾ ਚਾਹੁੰਦਾ, ਅਸੀਂ ਈਜ਼ੀਲੀ ਉਹਦਾ ਅਪਲਾਈ ਕਰ ਸਕਦੇ ਹਾਂ। ਸੋ ਮਾਲਟਾ ਦੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ, ਮਾਲਟਾ ਇਸ ਟਾਈਮ ਸ਼ੈਨਗਨ ਦਾ ਵੀਜ਼ਾ ਬਹੁਤ ਸੌਖਾ ਲੱਗ ਰਿਹਾ, ਮਾਲਟਾ ਦੇ ਬਹੁਤ ਸਕਸੈਸ ਰੇਟ ਆ ਰਿਹਾ। ਸੈਕਿੰਡ ਆਪਾਂ ਗੱਲ ਕਰਦੇ ਹਾਂ ਇਟਲੀ, ਇਟਲੀ ਦਾ ਵੀ ਵੀਜ਼ਾ ਲੱਗ ਰਿਹਾ। ਪੋਲੈਂਡ ਦਾ ਇੱਥੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹੂੰ ਕਿ ਪੋਲੈਂਡ ਦੇ ਵਿੱਚ ਜੋ ਹੈ ਬੈਨ ਰਿਕੁਆਇਰਮੈਂਟ ਉਹਨਾਂ ਨੇ ਰੱਖੀ ਹੋਈ ਹੈ, ਦੈਟ ਇਜ਼ 6.5। ਸੋ ਪੋਲੈਂਡ ਦੇ ਲਈ ਬੱਚਾ ਅਪਲਾਈ ਨਹੀਂ ਕਰੂਗਾ ਜੇਕਰ ਉਹਦੇ ਕੋਲ ਬੈਨ ਸਕੋਰ ਨਹੀਂ ਹੈਗਾ, ਕੋਈ ਵੀ ਲੈਂਗੁਏਜ ਸਕੋਰ ਉਹਨੂੰ ਚਾਹੀਦਾ। ਸੋ ਇੰਟਰਵਿਊ ਆਉਂਦੀ ਹੈ, ਮਾਲਟਾ ਦੀ ਆ ਰਹੀ ਹੈ, ਇਟਲੀ ਦੀ ਆ ਰਹੀ ਹੈ, ਬਟ ਬਹੁਤ ਈਜ਼ੀ ਇੰਟਰਵਿਊ ਹੁੰਦੀ ਹੈ ਕਹਿ ਲਓ। ਬਟ ਈਜ਼ੀ ਕਿਵੇਂ ਬਣਦੀ ਹੈ? ਅਸੀਂ ਬਣਾਉਂਦੇ ਹਾਂ ਉਹਨੂੰ ਪ੍ਰੋਪਰ, ਬੱਚੇ ਨੂੰ ਪ੍ਰੈਪਰੇਸ਼ਨ ਕਰਾਈ ਜਾਂਦੀ ਹੈ, ਉਹਦੀਆਂ ਕਲਾਸਿਸ ਲਗਾਈ ਜਾਂਦੀ ਹੈ, ਤਾਂ ਬੱਚਾ ਉਹ ਕੱਢ ਸਕਦਾ। ਪਰ ਬੱਚਾ ਡਰਦਾ ਕਿਉਂ ਫਿਰ ਸ਼ੈਨਗਨ ਅਪਲਾਈ ਕਰੂੰ? ਬੱਚੇ ਨੂੰ ਕਹੋ ਜੀ ਤੇਰੀ ਇਟਲੀ ਦੀ ਇੰਟਰਵਿਊ ਹੋਣੀ ਹੈ ਜਾਂ ਤੇਰੀ ਮਾਲਟੇ ਦੀ ਇੰਟਰਵਿਊ ਹੋਣੀ, ਬੱਚਾ ਡਰ ਜਾਂਦਾ, ਨਹੀਂ ਜੀ ਮੈਂ ਤਾਂ ਇੰਟਰਵਿਊ ਨਹੀਂ ਦੇਣੀ। ਦੇਖੋ ਜੀ, ਜਿਹੜੇ ਬੱਚੇ ਨੇ ਪੰਜਾਬ ਬੋਰਡ ਪੜ੍ਹਿਆ, ਕੋਈ ਵੀ ਸਟੇਟ ਬੋਰਡ ਪੜ੍ਹਿਆ ਗਾ, ਉਹਨੇ ਕਦੇ ਆਇਲਸ ਨਹੀਂ ਕੀਤਾ, ਕਦੇ ਉਹਨੇ ਪੀਟੀ ਨਹੀਂ ਕੀਤਾ, ਸੋ ਉਹਨਾਂ ਕੋਲ ਕੋਈ ਵੀ ਲੈਂਗੁਏਜ ਸਕਿੱਲ ਨਹੀਂ ਹੈਗੀ, ਤਾਂ ਡੈਫੀਨੇਟਲੀ ਬੱਚੇ ਦਾ ਕੌਨਫੀਡੈਂਸ ਕਿਤੇ ਨਾ ਕਿਤੇ ਲੋਅ ਹੁੰਦਾ ਗਾ। ਸੋ ਪਹਿਲਾਂ ਹੀ ਉਹ ਬੱਚੇ ਦੇ ਆਪਣੇ ਇੱਕ ਮਾਈਂਡ 'ਚ ਨਾ ਡਰ ਬੈਠਾ ਹੁੰਦਾ ਕਿ ਮੇਰੇ ਤੋਂ ਇੰਟਰਵਿਊ ਲੰਘਣੀ ਨਹੀਂ ਹੈਗੀ, ਤਾਂ ਉਹੀ ਚੀਜ਼ਾਂ ਹੁੰਦੀਆਂ ਕਿ ਬੱਚਾ ਉੱਥੇ ਡਰ ਜਾਂਦਾ, ਤਾਂ ਉਹ ਸਾਨੂੰ ਕਹਿੰਦਾ ਕਿ ਜੀ ਸਾਡਾ ਤਾਂ ਉੱਥੇ ਅਪਲਾਈ ਕਰੋ, ਅਸੀਂ ਜਾਣਾ ਕਿ ਜਿੱਥੇ ਇੰਟਰਵਿਊ ਨਾ ਹੋਵੇ। ਤਾਂ ਯੂਰਪ ਉਹਦੇ ਲਈ ਬੈਸਟ ਆਪਸ਼ਨ ਆ, ਅਸੀਂ ਯੂਰਪ ਬੱਚੇ ਨੂੰ ਸੁਜੈਸਟ ਕਰਦੇ ਹਾਂ। ਜੀ ਚਲੋ ਆਪਾਂ ਯੂਰਪ 'ਤੇ ਵੀ ਆਉਂਦੇ ਹਾਂ, ਪਹਿਲਾਂ ਥੋੜ੍ਹੀ ਜਿਹੀ ਸਵਾਲ ਮੇਰੇ ਮਨ ਦੇ ਵਿੱਚ ਸੀ ਇਟਲੀ ਨੂੰ ਲੈ ਕੇ, ਇਟਲੀ ਪੰਜਾਬ ਦਾ ਬਹੁਤ ਬੱਚਾ ਜਾਣਾ ਚਾਹੁੰਦਾ ਹੈ, ਕੀ ਅਗਰ ਓਮ ਗਲੋਬਲ ਦੀ ਬਠਿੰਡਾ ਬ੍ਰਾਂਚ ਦੇ ਵਿੱਚ ਕੋਈ ਆਉਂਦਾ ਹੈ, ਜਾਂ ਚੰਡੀਗੜ੍ਹ ਬ੍ਰਾਂਚ ਕੋਈ ਆਉਂਦਾ, ਜਾਂ ਅੰਮ੍ਰਿਤਸਰ ਬ੍ਰਾਂਚ ਆਉਂਦਾ, ਜਾਂ ਜਲੰਧਰ ਬ੍ਰਾਂਚ ਆਉਂਦਾ ਹੈ, ਕਿ ਇਟਲੀ ਦਾ ਵੀਜ਼ਾ ਤੁਸੀਂ ਲਗਵਾ ਕੇ ਦੇ ਸਕਦੇ? ਕਿਉਂਕਿ ਇਟਲੀ ਬਹੁਤ ਬਹੁਤ ਬੱਚਾ ਜਾਣਾ ਚਾਹੁੰਦਾ ਪੰਜਾਬ। ਜੀ ਬਿਲਕੁਲ, ਇਟਲੀ ਦੇ ਵੀਜ਼ਾਸ ਹੁਣ ਕੋਵਿਡ ਤੋਂ ਬਾਅਦ ਕਈ ਕੰਟਰੀਜ਼ ਨੇ ਹਾਲੇ ਓਪਨ ਕਰਨੇ ਆ, ਬਟ ਇਟਲੀ ਓਪਨ ਹੋ ਚੁੱਕਿਆ ਗਾ, ਇਟਲੀ ਵੀਜ਼ਾਸ ਆ ਰਹੇ ਆ, ਕੋਈ ਬਹੁਤਾ ਖਰਚਾ ਵੀ ਨਹੀਂ, 8-9 ਲੱਖ ਦੇ ਵਿੱਚ ਬੱਚੇ ਇਟਲੀ ਪਹੁੰਚ ਸਕਦਾ ਗਾ। ਸੋ ਬਹੁਤ ਬਜਟ ਦੇ ਵਿੱਚ ਹੈ, ਜੇ ਬੱਚਾ ਇੰਟਰਵਿਊ ਕਰ ਸਕਦਾ, ਉਹਨੂੰ ਸ਼ੈਨਗਨ ਦੇ ਵਿੱਚ ਐਂਟਰੀ ਚਾਹੀਦੀ, ਇਟਲੀ ਇਜ਼ ਦਾ ਬੈਸਟ ਆਪਸ਼ਨ ਲਾਈਕ ਇਸ ਟਾਈਮ 'ਤੇ ਆਪਾਂ ਕਹਿ ਸਕਦੇ ਹਾਂ। ਜੀ ਸੋ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਸ਼ੈਨਗਨ ਮੁਲਕਾਂ 'ਚ ਜਾਣਾ ਚਾਹੁੰਦੇ ਹੋ, ਇਟਲੀ ਤੁਹਾਡੇ ਲਈ ਆਪਸ਼ਨ ਹੋ ਸਕਦੀ ਹੈ, ਲਾਤਵੀਆ ਤੁਹਾਡੇ ਲਈ ਆਪਸ਼ਨ ਹੋ ਸਕਦੀ ਹੈ, ਜਰਮਨ ਤੁਹਾਡੇ ਲਈ ਆਪਸ਼ਨ ਹੋ ਸਕਦੀ ਹੈ, ਮਾਲਟਾ ਤੁਹਾਡੇ ਲਈ ਆਪਸ਼ਨ ਹੋ ਸਕਦੀ ਹੈ। ਸੋ ਜੇਕਰ ਤੁਹਾਡੇ ਕੋਲ ਆਇਲਸ ਹੈਗੀ ਹੈ ਤਾਂ ਸਵੀਡਨ ਅਤੇ ਪੋਲੈਂਡ ਵੀ ਤੁਹਾਡੇ ਲਈ ਆਪਸ਼ਨ ਹੋ ਸਕਦੀ ਹੈ। ਸੋ ਜਿਹੜੇ ਬੱਚੇ ਆਪਣੇ ਆਪ 'ਚ ਇੰਨਾ ਕੁ ਕੌਨਫੀਡੈਂਸ ਰੱਖਦੇ ਆ, ਇੰਨਾ ਕੁ ਆਪਣੇ ਆਪ 'ਤੇ ਯਕੀਨ ਰੱਖਦੇ ਆ ਕਿ ਮੈਂ ਚਾਰ ਗੱਲਾਂ ਵੀਜ਼ਾ ਅਫਸਰ ਸਾਹਮਣੇ ਜਾ ਕੇ ਬੋਲ ਸਕਦਾ ਹੈ, ਉਹ ਗੱਲਾਂ ਕਿਹੜੀਆਂ ਹੋਣਗੀਆਂ ਅਤੇ ਕਿਵੇਂ ਬੋਲਣੀਆਂ, ਉਹ ਤੁਹਾਨੂੰ ਓਮ ਗਲੋਬਲ ਸਿਖਾਊਗਾ। ਇੱਕ ਇੱਕ ਸਵਾਲ, ਇੱਕ ਇੱਕ ਜਵਾਬ ਤੁਹਾਨੂੰ ਵੀਜ਼ਾ ਅਫਸਰ ਦੇ ਸਾਹਮਣੇ ਜਾਣ ਤੋਂ ਪਹਿਲਾਂ ਪਤਾ ਹੁੰਦਾ ਹੈ ਕਿ ਤੁਹਾਨੂੰ ਪੁੱਛਿਆ ਕੀ ਜਾਣਾ, ਤੁਸੀਂ ਉਹਦਾ ਜਵਾਬ ਕੀ ਦੇਣਾ ਹੈ। ਜੇ ਸਿਰਫ ਬੋਲਣ ਦੀ ਹਿੰਮਤ ਰੱਖਦੇ ਹੋ ਤਾਂ ਤੁਸੀਂ ਸ਼ੈਨਗਨ ਦਾ ਵੀਜ਼ਾ ਲੈ ਸਕਦੇ ਹੋ, ਚਾਹੇ ਉਹ ਮਾਲਟਾ ਦਾ ਵੀਜ਼ਾ ਹੈ, ਚਾਹੇ ਉਹ ਇਟਲੀ ਦਾ ਵੀਜ਼ਾ ਹੈ, ਚਾਹੇ ਉਹ ਜਰਮਨ ਦਾ ਵੀਜ਼ਾ ਹੈ, ਚਾਹੇ ਉਹ ਸਵੀਡਨ ਦਾ ਵੀਜ਼ਾ, ਚਾਹੇ ਉਹ ਫਿਨਲੈਂਡ ਦਾ ਵੀਜ਼ਾ, ਚਾਹੇ ਉਹ ਲਾਤਵੀਆ ਦਾ ਵੀਜ਼ਾ, ਚਾਹੇ ਉਹ ਚੈੱਕ ਰਿਪਬਲਿਕ ਦਾ ਵੀਜ਼ਾ ਹੈ। ਸੋ ਤੁਸੀਂ ਬੋਲਣ ਦੀ ਹਿੰਮਤ ਰੱਖਦੇ ਹੋ ਤਾਂ ਤੁਸੀਂ ਸ਼ੈਨਗਨ ਮੁਲਕਾਂ ਦੇ ਵਿੱਚ ਜਿਹੜਾ ਹੈ ਉਹ ਪੜ੍ਹਾਈ ਕਰਨ ਲਈ ਜਾ ਸਕਦੇ ਹੋ। ਬਹੁਤੇ ਮੁਲਕ ਐਸੇ ਆ ਜਿੱਥੇ ਤੁਹਾਨੂੰ ਆਈਲੈਟਸ ਦੀ ਲੋੜ ਨਹੀਂ ਹੈਗੀ, 2-3 ਸਾਲ ਦਾ ਪੜ੍ਹਾਈ ਦੇ ਵਿੱਚ ਗੈਪ ਪੈ ਗਿਆ ਤਾਂ ਵੀ ਤੁਸੀਂ ਜਾ ਸਕਦੇ ਹੋ। ਸਭ ਤੋਂ ਖੂਬਸੂਰਤ ਗੱਲ ਹੈ, ਤੁਸੀਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ, ਤੁਸੀਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਤੁਸੀਂ ਇਟਲੀ ਜਾਣਾ ਚਾਹੁੰਦੇ ਹੋ, ਤੁਸੀਂ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ।
ਜ਼ਿਆਦਾ ਜਾਣਕਾਰੀ ਲਈ ਤੁਸੀਂ ਓਮ ਗਲੋਬਲ ਦੇ ਬਠਿੰਡਾ ਬ੍ਰਾਂਚ, ਚੰਡੀਗੜ੍ਹ ਬ੍ਰਾਂਚ, ਜਲੰਧਰ ਬ੍ਰਾਂਚ ਅਤੇ ਅੰਮ੍ਰਿਤਸਰ ਬ੍ਰਾਂਚ ਆ ਸਕਦੇ ਹੋ। ਬਠਿੰਡਾ ਬ੍ਰਾਂਚ ਬਾਰ ਬਾਰ ਕਿਉਂ ਕਹਿ ਰਿਹਾ, ਕਿਉਂਕਿ ਨਵੀਂ ਐਸਟੈਬਲਿਸ਼ ਕੀਤੀ ਹੈ ਮਾਲਵੇ ਦੇ ਲੋਕਾਂ ਲਈ। ਬਠਿੰਡਾ ਦੇ ਵਿੱਚ ਅਜੀਤ ਰੋਡ 'ਤੇ ਓਮ ਗਲੋਬਲ ਦਾ ਦਫ਼ਤਰ ਹੈ, ਘੋੜੇ ਵਾਲੇ ਚੌਂਕ ਦੇ ਬਿਲਕੁਲ ਲਾਗੇ ਦਫ਼ਤਰ ਹੈ, ਜਦੋਂ ਤੁਸੀਂ ਅਜੀਤ ਰੋਡ 'ਤੇ ਐਂਟਰ ਕਰਦੇ ਹੋ। ਸੋ ਓਮ ਗਲੋਬਲ ਨੂੰ ਅੱਗੇ ਮਿਲ ਸਕਦੇ ਹੋ ਜੇਕਰ ਸ਼ੈਨਗਨ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੇ ਹੋ। ਸੋ ਸ਼ੈਨਗਨ ਮੁਲਕਾਂ ਦੀ ਗੱਲ ਕਰ ਲਈਏ, ਇੱਥੇ ਆਪਾਂ ਸ਼ੈਨਗਨ ਮੁਲਕਾਂ ਦੀ ਗੱਲ ਕਰਦੇ, ਇਟਲੀ ਦਾ ਬਹੁਤ ਕਰੇਜ਼ ਆ ਪੰਜਾਬ ਦੇ ਵਿੱਚ। ਸੋ ਪੈਸਾ ਵੀ ਤੁਸੀਂ ਕਿਹਾ ਬਹੁਤ ਘੱਟ ਲੱਗਦਾ ਕਿ 6-7 ਲੱਖ ਰੁਪਏ ਵਿੱਚ ਬੱਚਾ ਇਟਲੀ ਪਹੁੰਚ ਜਾਂਦਾ ਹੈ। ਇਸ ਤੋਂ ਇਲਾਵਾ ਜਰਮਨ ਬੱਚਾ ਪਹੁੰਚ ਸਕਦਾ ਹੈ, ਮਾਲਟਾ ਬੱਚਾ ਪਹੁੰਚ ਸਕਦਾ ਹੈ। ਇੰਟਰਵਿਊ ਦੀ ਤਿਆਰੀ ਤੁਸੀਂ ਓਮ ਗਲੋਬਲ ਵੱਲੋਂ ਜਿਹੜੀ ਉਹ ਕਰਵਾਉਂਦੇ ਹੋ। ਸੋ ਲੱਗਦਾ ਕਿ ਤੁਹਾਡੇ ਬਠਿੰਡਾ ਵਾਲੇ ਪਾਸੇ ਦਾ ਬੱਚਾ ਜਿਹੜਾ ਹੈ ਉਹ ਤਿਆਰੀ ਕਰਕੇ ਅਤੇ ਵੀਜ਼ਾ ਅਫਸਰ ਸਾਹਮਣੇ ਬੋਲ ਪਾਊਗਾ। ਵੀਜ਼ਾ ਅਫਸਰ ਕਿੰਨੇ ਕੁ ਔਖੇ ਸਵਾਲ ਪੁੱਛ ਸਕਦਾ? ਦੇਖੋ ਜੀ, ਬਠਿੰਡਾ ਵਾਲਾ ਬੱਚਾ ਕਹੀਏ ਤਾਂ ਬਠਿੰਡੇ ਵਿੱਚ ਬਹੁਤ ਕਾਬਿਲ ਬੱਚੇ ਬੈਠੇ ਆ, ਬਠਿੰਡੇ ਦੇ ਆਸੇ ਪਾਸੇ ਏਰੀਆ 'ਚੋਂ ਬਹੁਤ ਕਾਬਿਲ ਬੱਚੇ ਬੈਠੇ ਆ। ਸੋ ਤਿਆਰੀ ਕਰਾਉਣੀ ਆ ਤਾਂ ਕੌਨਫੀਡੈਂਸ ਤਾਂ ਕਹੀਏ ਇੱਧਰਲੇ ਜੋ ਮਾਲਵਾ ਬੈਲਟ ਹੈ ਬੱਚਿਆਂ 'ਚ ਕੁੱਟ ਕੁੱਟ ਕੇ ਭਰਿਆ ਹੋਇਆ, ਆਉਂਦਾ ਹੋਵੇ ਨਾ ਆਉਂਦਾ ਹੋਵੇ, ਬਟ ਉਹ ਕੌਨਫੀਡੈਂਸ ਉਹਨਾਂ 'ਚ ਇੰਨਾ ਕਿ ਥੋੜ੍ਹਾ ਜਿਹਾ ਸਿਖਾਉਣ ਦੀ ਲੋੜ ਹੈ, ਤਾਂ ਵੀਜ਼ਾ ਆਫਿਸਰ ਸਾਹਮਣੇ ਬੋਲਣਾ ਕੋਈ ਔਖੀ ਗੱਲ ਨਹੀਂ ਹੈ। ਸੋ ਕੁਐਸਚਨਸ ਦੇ ਆਪਾਂ ਗੱਲ ਕਰਦੇ ਹਾਂ, ਕੋਈ ਔਖੇ ਕੁਐਸਚਨ ਨਹੀਂ ਹੁੰਦੇ। ਕਾਹਦੇ ਬਾਰੇ ਪੁੱਛਣੇ ਆ? ਤੁਸੀਂ ਦਓਗੇ ਇਹਨਾਂ ਨੂੰ? ਬਿਲਕੁਲ, ਕਾਹਦੇ ਬਾਰੇ, ਤੁਹਾਡੇ ਕੀ ਪੜ੍ਹਿਆ, ਕੀ ਪੜ੍ਹਨ ਜਾਣਾ, ਇਹੀ ਪਤਾ ਹੋ ਬੱਚੇ ਨੂੰ ਤਾਂ ਕੁਛ ਵੀ ਚੀਜ਼ ਔਖੀ ਨਹੀਂ ਹੈ। ਸੋ ਇਹੀ ਚੀਜ਼ਾਂ ਨੇ ਜੋ ਬੱਚੇ ਨੂੰ ਪਤਾ ਹੋਣੀਆਂ ਚਾਹੀਦੀਆਂ, ਉਹਨਾਂ ਦੀ ਪ੍ਰੋਪਰ ਪ੍ਰੈਪਰੇਸ਼ਨ ਹੋ ਲਈ, ਉਹ ਸਾਰੀ ਅਸੀਂ ਕਰਵਾਉਣੀ ਆ ਜੀ। ਸੋ ਇਹ ਇੱਕ ਆਪਾਂ ਸ਼ੈਨਗਨ ਦੇ ਨਾਲ ਯੂਰਪ ਕੰਟਰੀਆਂ ਦੀ ਗੱਲ ਕੀਤੀ ਸੀ, ਜੇ ਯੂਰੋਪੀਅਨ ਕੰਟਰੀ ਦੀ ਗੱਲ ਕਰ ਲਈਏ ਤਾਂ ਕੀ ਉਹਦੇ ਵਿੱਚ ਵੀ ਸਾਨੂੰ ਇੰਟਰਵਿਊ ਦੇਣੀ ਪਊਗੀ? ਨਹੀਂ, ਉਹਦੇ ਵਿੱਚ ਸਾਨੂੰ ਕੋਈ ਆਈਲੈਟਸ ਦੀ ਲੋੜ ਪਊਗੀ? ਉਹਦੇ ਵਿੱਚ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹਾਂ? ਸਭ ਤੋਂ ਵੱਡੀ ਗੱਲ ਉਹਦੇ ਵਿੱਚ ਸਾਡਾ ਸਟੱਡੀ ਦਾ ਗੈਪ ਕਿੰਨਾ ਚੱਲ ਜਾਊਗਾ? ਦੇਖੋ, ਯੂਰਪ ਦੀ ਜੇ ਆਪਾਂ ਗੱਲ ਕਰਦੇ ਹਾਂ ਪ੍ਰੋਪਰ, ਜਿਵੇਂ ਤੁਸੀਂ ਕਹਿ ਰਹੇ ਹੋ ਫੀਸ ਆਫਟਰ ਵੀਜ਼ਾ ਹੈ, ਇੰਟਰਵਿਊ ਕੋਈ ਨਹੀਂ ਆਉਂਦੀ ਹੈ, ਤਾਂ ਉਹਦੇ ਜੇ ਬਜਟ ਦੇਖੀਏ ਸ਼ੈਨਗਨ ਤੋਂ ਅੱਧਾ ਬਜਟ ਰਹਿ ਜਾਂਦਾ, ਜਿਹੜਾ ਕਿ 3-4 ਲੱਖ ਦੇ ਵਿੱਚ ਯੂਰਪ ਦੇ ਵਿੱਚ ਬੱਚਾ ਵਿਦ ਗੈਪ, ਵਿਦਆਊਟ ਐਨੀ ਲੈਂਗੁਏਜ ਕੋਰਸ, ਵਿਦਆਊਟ ਐਨੀ ਇੰਟਰਵਿਊ ਪਹੁੰਚ ਸਕਦਾ ਜੀ। ਸੋ ਇਹਦੇ ਵਿੱਚ ਜਦੋਂ ਯੂਰਪ ਤੁਸੀਂ ਕਹਿ ਰਹੇ ਹੋ 3-4 ਲੱਖ ਰੁਪਏ ਦੇ ਵਿੱਚ ਬੱਚਾ ਪਹੁੰਚ ਸਕਦਾ ਹੈ, ਅਤੇ ਇੰਨੇ ਖਰਚੇ ਦੇ ਵਿੱਚ ਤਾਂ ਬੱਚਾ ਸਿੰਗਾਪੁਰ ਵੀ ਪਹੁੰਚ ਜਾਂਦਾ ਸੀ, ਫਿਰ ਅੱਜ ਕੱਲ੍ਹ ਬੱਚਾ ਸਿੰਗਾਪੁਰ ਕਿਉਂ ਘੱਟ ਜਾ ਰਿਹਾ, ਯੂਰਪ ਵੱਲੋਂ ਕਿਉਂ ਜ਼ਿਆਦਾ ਜਾ ਰਿਹਾ? ਦੇਖੋ, ਸਿੰਗਾਪੁਰ ਵੀ ਜਾ ਰਿਹਾ ਬੱਚਾ, ਬਟ ਘਟਿਆ ਕਿਉਂ ਆ? ਕਿਉਂਕਿ ਉੱਥੇ ਕੋਈ ਜ਼ਿਆਦਾ ਐਸ ਸੱਚ ਫਿਊਚਰ ਦੇਖੀ ਤਾਂ ਬੱਚੇ ਦਾ ਨਹੀਂ ਹੈ। ਯੂਰਪ ਜਾਂਦਾ, ਯੂਰਪ ਤੋਂ ਸ਼ੈਨਗਨ ਜਾਣਾ ਬਹੁਤ ਸੌਖਾ ਹੈਗਾ। ਸ਼ੈਨਗਨ ਜਿੱਦਾਂ ਆਪਾਂ ਗੱਲ ਕੀਤੀ 26 ਕੰਟਰੀਜ਼ ਦਾ ਸਮੂਹ ਹੈ, ਤਾਂ ਉੱਥੇ ਬੱਚੇ ਕੋਲ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਨੇ। ਸਿੰਗਾਪੁਰ ਬੱਚਾ ਜਾਂਦਾ, ਸਿੰਗਾਪੁਰ ਦੇ ਵਿੱਚ ਹੀ ਸੀਮਤ ਰਹਿ ਜਾਂਦਾ, ਉਹਨੂੰ ਅੱਗੇ ਨਿਕਲਣਾ ਬਹੁਤ ਔਖਾ ਹੈਗਾ। ਤਾਂ ਯੂਰਪ ਦੀ ਗੱਲ ਕਰੀਏ, ਯੂਰਪ ਬਹੁਤ ਵੱਡਾ ਸਮੂਹ ਹੈ, ਤਾਂ ਉਹਦੇ ਵਿੱਚ ਸ਼ੈਨਗਨ ਹੈ, ਸ਼ੈਨਗਨ ਬੱਚਾ ਇੱਕ ਕੰਟਰੀ ਜਾਵੇ, ਦੂਜੀ ਜਾਵੇ, ਤੀਜੀ ਜਾਵੇ, ਟੋਟਲੀ ਬੱਚੇ ਦੇ ਉੱਪਰ ਹੈ ਜੀ। ਜਿਹੜੀ ਅਸੀਂ ਯੂਰਪ ਦੀ ਗੱਲ ਕਰ ਰਹੇ ਹਾਂ, ਤੁਸੀਂ ਕਹਿ ਰਹੇ ਕਿ ਯੂਰਪ ਦੇ ਵਿੱਚ ਤੁਸੀਂ ਵੀਜ਼ਾ ਲੈ ਕੇ ਦੇ ਸਕਦੇ ਹੋ ਬੱਚੇ ਦਾ 3-4 ਲੱਖ ਰੁਪਏ ਦੇ ਵਿੱਚ, ਜੋ ਕਿ 3-4 ਲੱਖ ਰੁਪਏ ਕੋਈ ਅਮਾਊਂਟ ਨਹੀਂ ਹੈ ਜੀ। 3-4 ਲੱਖ ਰੁਪਏ ਈਜ਼ੀਲੀ ਜੇਕਰ ਬੱਚਾ ਇੱਥੇ ਵੀ ਪੜ੍ਹਾਈ ਕਰੇ ਤਾਂ ਲੱਗ ਜਾਂਦਾ, ਜੇਕਰ ਕੋਈ ਘੁੰਮਣ ਫਿਰਨ ਲਈ ਯੂਰਪ ਚੱਲ ਜਾਏ ਤਾਂ 3-4 ਲੱਖ ਰੁਪਏ ਵੈਸੇ ਲੱਗ ਜਾਂਦਾ, ਜੋ ਕਿ ਇਹਨੂੰ 15-20 ਦਿਨ ਬਾਅਦ ਵਾਪਸ ਆਉਂਦਾ ਪੈਂਦਾ ਘੁੰਮ ਕੇ। ਇਹ ਤਾਂ ਫਿਰ ਅਸੀਂ ਸਾਲ ਦਾ ਵੀਜ਼ਾ ਬੱਚੇ ਨੂੰ ਕਰਾ ਕੇ ਦੇ ਰਹੇ ਹਾਂ। ਬੱਚੇ ਦੇ ਕੋਲ TRC ਕਾਰਡ ਹੋਊਗਾ, ਬੱਚੇ ਦੇ ਕੋਲ ਰਹਿਣ ਦੇ ਹੱਕ ਹੋਣਗੇ, ਬੱਚੇ ਕੋਲ ਪੜ੍ਹਨ ਦੇ ਅਖਤਿਆਰ ਹੋਣਗੇ, ਅੱਗੇ ਬੱਚਾ ਛੁੱਟੀਆਂ ਦੇ ਵਿੱਚ ਘੁੰਮਣ ਫਿਰਨ ਲਈ ਜਾ ਸਕਦਾ। ਸੋ ਯੂਰਪ ਦੀ ਖੂਬਸੂਰਤ ਗੱਲ ਤੁਹਾਨੂੰ ਦੱਸਦੀ ਹੈ, ਬਹੁਤੇ ਬੱਚਿਆਂ ਨੂੰ ਪਤਾ ਨਹੀਂ ਹੋਊਗੀ, ਜਦੋਂ ਇੱਥੋਂ ਬੱਚਾ ਜਾਂਦਾ ਹੈ ਅਤੇ ਬੱਚੇ ਨੂੰ ਪੜ੍ਹਾਈ 4 ਮਹੀਨੇ ਜਾਂ 5 ਮਹੀਨੇ ਕੰਪਲੀਟ ਹੁੰਦੀ ਆ, ਅਤੇ 2-3 ਮਹੀਨੇ 4 ਮਹੀਨੇ ਜਦੋਂ ਛੁੱਟੀਆਂ ਹੁੰਦੀਆਂ, ਅਤੇ ਜਿਹੜੀ ਯੂਨੀਵਰਸਿਟੀ ਬੱਚਾ ਜਾਂਦਾ, ਯੂਨੀਵਰਸਿਟੀ ਤੁਹਾਨੂੰ ਇੱਕ ਸਪੋਂਸਰ ਲੈਟਰ ਦੇ ਸਕਦੀ ਹੈ, ਉਹ ਲੈਟਰ ਤੁਸੀਂ ਮੰਗੋਗੇ ਤਾਂ ਸਪੋਂਸਰ ਲੈਟਰ ਦਿੰਦੀ ਹੈ। ਉਹ ਲੈਟਰ 'ਚ ਲਿਖਿਆ ਹੁੰਦਾ ਕਿ ਬੱਚੇ ਨੂੰ, ਬੱਚਾ ਸਾਡੀ ਯੂਨੀਵਰਸਿਟੀ ਪੜ੍ਹਦਾ ਪਿਆ, ਇਹਨੂੰ 3-4 ਮਹੀਨੇ ਦੀ ਛੁੱਟੀਆਂ ਹੈ, ਅਤੇ ਬੱਚਾ ਘੁੰਮਣ ਲਈ ਫਲਾਣੇ ਮੁਲਕ ਜਾਣਾ ਚਾਹੁੰਦਾ। ਉਹ ਤਾਂ ਬੱਚੇ ਬਹੁਤ ਪੋਲੈਂਡ ਲਈ ਘੁੰਮਣ ਜਾਂਦੇ ਆ, ਉਹ ਯੂਨੀਵਰਸਿਟੀ ਇੱਕ ਲੈਟਰ ਦਿੰਦੀ, ਉਸ ਲੈਟਰ ਦੇ ਬਿਹਾਫ 'ਤੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ, ਪੋਲੈਂਡ ਜਾਣ ਦਾ, ਇਟਲੀ ਜਾਣ ਦਾ, ਜਾਂ ਹੋਰ ਸ਼ੈਨਗਨ ਮੁਲਕਾਂ ਜਾਣ ਦਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇੱਥੇ 12ਵੀਂ ਪਾਸ ਬੱਚਾ ਚਾਹੀਦਾ ਹੈ, ਜਾਂ 10ਵੀਂ ਪਾਸ ਚਾਹੀਦਾ ਹੈ, ਕਿ ਗ੍ਰੈਜੂਏਟ ਬੱਚਾ ਚਾਹੀਦਾ? ਮੈਂ ਇੱਕ ਸਵਾਲ ਕਰਕੇ ਸਾਰੇ ਪੁੱਛੂੰਗਾ, ਬੱਚੇ ਦੀ ਮਿਨੀਮਮ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ? ਦੇਖੋ ਜੀ, ਮਿਨੀਮਮ 12th ਹੋਣੀ ਚਾਹੀਦੀ ਹੈ, ਮੈਕਸੀਮਮ ਗ੍ਰੈਜੂਏਸ਼ਨ ਹੈ, ਮਾਸਟਰ ਹੈ, ਸਭ ਚੱਲਦਾ, ਯਾਨੀ 12ਵੀਂ ਪਾਸ ਹੋਣਾ ਚਾਹੀਦਾ ਜੀ। ਬਿਲਕੁਲ। ਤੇ ਇਹਦੇ ਵਿੱਚ 3-4 ਲੱਖ ਰੁਪਏ ਤੁਸੀਂ ਕਹਿੰਦਾ ਖਰਚਾ ਹੈ? ਬਿਲਕੁਲ। ਇਹ ਖਰਚਾ ਐਡਵਾਂਸ ਹੋਊਗਾ, ਫੀਸਾਂ ਭਰਨੀਆਂ ਪੈਣਗੀਆਂ, ਜਾਂ ਫਿਰ ਵੀਜ਼ਾ ਲੱਗਣ ਤੋਂ ਬਾਅਦ ਕੋਈ ਪੈਕੇਜ ਹੋਊਗਾ? ਨਹੀਂ ਜੀ, ਕੋਈ ਐਡਵਾਂਸ ਨਹੀਂ ਹੈ, ਜੋ ਵੀ ਪੇਮੈਂਟ ਹੈ ਸਾਰੀ ਆਫਟਰ ਵੀਜ਼ਾ ਹੈ, ਪਹਿਲਾਂ ਬੱਚੇ ਨੇ ਸਿੰਗਲ ਪੈਨੇ ਪੇ ਨਹੀਂ ਕਰਨੀ ਜੀ। ਔਰ ਆਈਲੈਟਸ ਕਿੰਨੀ ਚਾਹੀਦੀ ਇਹਦੇ ਵਿੱਚ? ਆਈਲੈਟਸ ਦੀ ਬਿਲਕੁਲ ਰਿਕੁਆਇਰਮੈਂਟ ਨਹੀਂ ਹੈਗੀ, ਨਾ ਕੋਈ ਇੰਟਰਵਿਊ ਆਉਂਦੀ ਹੈ ਯੂਰਪ ਦੇ ਵਿੱਚ, ਤਾਂ ਵਿਦਆਊਟ ਇੰਟਰਵਿਊ, ਵਿਦਆਊਟ ਆਈਲਟਸ ਬੱਚਾ ਅਪਲਾਈ ਕਰ ਸਕਦਾ ਜੀ। ਅਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਗੈਪ ਦੀ, ਬੱਚਿਆਂ ਦੇ ਵਿੱਚ ਸਟੱਡੀ ਦੇ ਵਿੱਚ ਗੈਪ ਪੈ ਜਾਂਦਾ, ਕਿਸੇ ਦਾ 2 ਸਾਲ ਦਾ, ਕਿਸੇ ਦਾ 3 ਸਾਲ ਦਾ, ਕਿਸੇ ਦਾ 4 ਸਾਲ ਦਾ, ਅਤੇ ਕੀ 5-6 ਸਾਲ ਦੇ ਗੈਪ ਵਾਲੇ ਬੱਚੇ ਯੂਰਪ ਜਾ ਸਕਦੇ ਆ? ਜੀ ਬਿਲਕੁਲ, 10-12 ਸਾਲ ਦਾ ਗੈਪ ਹੈ, ਈਜ਼ੀਲੀ ਉਹ ਯੂਰਪ ਅਪਲਾਈ ਕਰ
ਕਿ ਬੰਦੇ ਦੀ ਉਮਰ ਤਾਂ 30 ਸਾਲ ਤੱਕ ਪਹੁੰਚ ਜੂਗੀ ਬਿਲਕੁਲ ਜੀ 30 ਸਾਲ ਵਾਲਾ ਵੀ ਅਪਲਾਈ ਕਰ ਸਕਦਾ 35 ਸਾਲ ਵਾਲਾ ਵੀ ਅਪਲਾਈ ਕਰ ਸਕਦਾ ਲੱਗਦਾ ਕਿ 30 35 ਸਾਲ ਵਾਲਾ ਕੋਈ ਮੈਂ ਸਕੂਗਰ ਤਾਂ ਨਹੀਂ ਕਹੂੰਗਾ 35 ਸਾਲ ਵਾਲੇ ਨੂੰ ਜੀ ਸੋ 35 ਸਾਲ ਵਾਲਾ ਸ਼ਖਸ 35 ਸਾਲ ਵਾਲਾ ਇਨਸਾਨ ਅਗਰ ਸਟੂਡੈਂਟ ਵੀਜ਼ਾ ਅਪਲਾਈ ਕਰੂਗਾ ਯੂਰਪ ਦਾ ਕੀ ਵਾਕਿਆ ਮਿਲ ਜੂ ਸੱਚ ਕਹਿ ਰਹੇ ਤੁਸੀਂ ਬਿਲਕੁਲ ਮਿਲਦਾ ਦੇਖੋ ਇਨਵੈਸਟਮੈਂਟ ਅਸੀਂ ਕਰ ਰਹੇ ਹਾਂ ਅਸੀਂ ਉਸ ਪਰਸਨ ਤੇ ਇਨਵੈਸਟਮੈਂਟ ਕਰਾਂਗੇ ਅਸੀਂ ਆਫਟਰ ਵੀਜ਼ਾ ਲੈਣਾ ਜਿਹਦਾ ਵੀਜ਼ਾ ਲੱਗੇਗਾ ਸੋ ਜੇ ਅਸੀਂ ਇਨਵੈਸਟ ਕਰ ਰਹੇ ਹਾਂ ਤਾਂ ਤੁਹਾਨੂੰ ਕਹਿ ਰਹੇ ਹਾਂ 30 ਸਾਲ ਦਾ 35 ਸਾਲ ਦਾ ਲੱਗੇਗਾ ਡੈਫੀਨੇਟਲੀ ਲੱਗੇਗਾ ਅਸੀਂ ਫਿਰ ਹੀ ਰਿਸਕ ਲਵਾਂਗੇ ਸੋ ਉੱਥੇ ਉਹਨੇ ਪੜ੍ਹਨ ਜਾਣਾ ਫੀਸ ਪੇ ਕਰ ਰਿਹਾ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ 30 ਸਾਲ ਦੀ ਉਮਰ 'ਚ ਸਟੱਡੀ ਕਰੋ 35 ਸਾਲ ਦੀ 'ਚ ਕਰੋ ਤਾਂ ਉਹਨਾਂ ਲਈ ਮੋਸਟ ਵੈਲਕਮ ਹੈ ਸੋ ਦਰਸ਼ਕਾਂ ਦੱਸ ਦਈਏ ਕਿ ਜਿਵੇਂ ਯੂਰਪ ਦੀ ਗੱਲ ਕਰ ਰਹੇ ਆ ਕਿ ਤੁਹਾਡੀ ਉਮਰ 30 ਸਾਲ ਹੈ 35 ਸਾਲ ਹੈ 40 ਸਾਲ ਤੱਕ ਵੀ ਤੁਹਾਡੀ ਉਮਰ ਹੈਗੀ ਹੈ ਤੁਸੀਂ ਯੂਰਪ ਜਾਣਾ ਚਾਹੁੰਦੇ ਹੋ 3-4 ਲੱਖ ਰੁਪਏ ਦਾ ਖਰਚਾ ਸਾਰਾ ਪੈਸੇ 100% ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਕੋਈ ਆਈਲੈਟਸ ਦੀ ਲੋੜ ਨਹੀਂ ਕੋਈ ਪੀਟੀ ਦੀ ਲੋੜ ਨਹੀਂ ਕੋਈ ਡਿਊਲਿੰਗੋ ਦੀ ਲੋੜ ਨਹੀਂ ਕੋਈ ਆਨਲਾਈਨ ਟੈਸਟ ਦੀ ਲੋੜ ਨਹੀਂ ਘਰੇ ਬੈਠੇ ਬਿਠਾਇਆ ਵੀਜ਼ਾ ਮਿਲਣਾ ਹੈ 12ਵੀਂ ਪਾਸ ਬੱਚਾ ਚਾਹੀਦਾ ਹੈ 10-15 ਸਾਲ ਜਾਂ 20 ਸਾਲ ਦਾ ਗੈਪ ਤਾਂ ਵੀ ਵੀਜ਼ਾ ਲੱਗਦਾ ਹੈ ਸੋ ਮੇਰੇ ਖਿਆਲ 'ਚ ਇਹ ਤਾਂ 100% ਵੀਜ਼ੇ ਵਾਲੀ ਗੱਲ ਹੁੰਦੀ ਪਈ ਇੱਥੇ ਕਿ ਵੀਜ਼ਾ ਰੁਕਦਾ ਹੀ ਨਹੀਂ ਇਹਦਾ ਮਤਲਬ ਯੂਰਪ ਦਾ ਜਾਂ ਫਿਰ ਵੀਜ਼ਾ ਅਪਲਾਈ ਕਰਨ ਦਾ ਤਰੀਕਾ ਹੈ ਕੁਛ ਕੰਟਰੀਆਂ ਜਦੋਂ ਖੁੱਲ੍ਹਦੀਆਂ ਹੈ ਉਦੋਂ ਸਟਾਰਟਿੰਗ ਦੇ ਵਿੱਚ ਵੀਜ਼ਾਸ ਦਿੰਦੀਆਂ ਨੇ ਪਰ ਜਦੋਂ ਲੱਗਦਾ ਕਿ ਹੁਣ ਸਾਡਾ ਕੋਟਾ ਪੂਰਾ ਹੋ ਗਿਆ ਉਦੋਂ ਵੀਜ਼ੇ ਬੰਦ ਵੀ ਕਰ ਦਿੱਤੇ ਜਾਂਦੇ ਨੇ ਸੋ ਜੇਕਰ ਤੁਸੀਂ ਯੂਰਪ ਜਾਣਾ ਚਾਹੁੰਦੇ ਹੋ ਘੱਟ ਪੈਸੇ 'ਤੇ ਵੀਜ਼ਾ ਚਾਹੁੰਦੇ ਹੋ 100% ਤੁਹਾਡਾ ਮਿਲ ਜੇ ਹੁਣ ਤੱਕ ਦਾ 100% ਰਿਜ਼ਲਟ ਆ ਯੂਰਪ ਦਾ ਓਮ ਗਲੋਬਲ ਨੂੰ ਸੰਪਰਕ ਕਰ ਸਕਦੇ ਹੋ 9211-9162-9167 ਨੰਬਰ 'ਤੇ 9216-9216-7 ਸੋ ਜਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਹੋ 30-35 ਸਾਲ ਦਾ ਬੰਦਾ ਜਾ ਸਕਦਾ ਬਿਨਾਂ ਇੰਟਰਵਿਊ ਤੋਂ ਬਿਨਾਂ ਆਈਲੈਟਸ ਤੋਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਹੋ ਜਿਹੀ ਸਕੀਮ ਇੱਕ ਉਦੋਂ ਵੀ ਆਈ ਸੀ ਜਦੋਂ ਬੱਚੇ ਨੂੰ ਸਾਈਪ੍ਰਸ ਲਈ ਕਿਹਾ ਜਾਂਦਾ ਸੀ ਤੂੰ ਸਾਈਪ੍ਰਸ ਚਲਾ ਜਾ ਉਦੋਂ ਵਾਰ ਵਾਰ ਅਸੀਂ ਟੀ ਵੀ ਸ਼ੋਅ 'ਤੇ ਕਿਹਾ ਸਾਈਪ੍ਰਸ ਚਲੇ ਜਾਓ ਸਾਈਪ੍ਰਸ ਚਲੇ ਜਾਓ ਸਾਈਪ੍ਰਸ ਚਲੇ ਜਾਓ ਅਤੇ ਬੱਚਿਆਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਸੌਖਾ ਵੀਜ਼ਾ ਆ ਜਾਂਦਾ ਸਾਈਪ੍ਰਸ ਕਿਤੇ ਮਾੜਾ ਮੁਲਕ ਹੋਣਾ ਪਰ ਅੱਜ ਜਦੋਂ ਬੱਚਾ ਸਾਈਪ੍ਰਸ ਜਾਣ ਲਈ ਅਪਲਾਈ ਕਰਦਾ ਸਾਈਪ੍ਰਸ ਵੀਜ਼ਾ ਨਹੀਂ ਦੇ ਰਿਹਾ ਸਾਈਪ੍ਰਸ ਨੇ ਆਈਲੈਟ ਸ਼ੁਰੂ ਕਰ ਦਿੱਤੀ ਹੈ ਪਰ ਸਾਈਪ੍ਰਸ ਦੇ ਵਿੱਚ ਜਦੋਂ ਬੱਚਾ ਅਪਲਾਈ ਕਰਦਾ ਸੀ ਤਾਂ ਉਹਦੇ ਸਾਲ ਦੇ ਵਿੱਚ 2 ਇਨਟੇਕ ਹੁੰਦੇ ਸੀ ਇੱਕ ਜਨਵਰੀ ਇਨਟੇਕ ਅਤੇ ਇੱਕ ਸ਼ਾਇਦ ਅਕਤੂਬਰ ਇਨਟੇਕ ਵੀਜ਼ਾ ਉਦੋਂ ਮਿਲਦਾ ਸੀ ਮੈਂ ਜੇ ਅਗਰ ਫਰਵਰੀ 'ਚ ਵੀ ਅਪਲਾਈ ਕੀਤਾ ਜਾਂ ਮਾਰਚ 'ਚ ਵੀ ਅਪਲਾਈ ਕੀਤਾ ਤੇ ਵੀਜ਼ਾ ਮਿਲਦਾ ਸੀ ਕਲਾਸਾਂ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਯਾਨੀ ਬੱਚੇ ਨੂੰ 7-8 ਮਹੀਨੇ ਵੇਟ ਕਰਨੀ ਪੈਂਦੀ ਸੀ ਉਮਰ ਜਿੰਨੀ ਮਰਜ਼ੀ ਹੋਵੇ ਵੀਜ਼ਾ ਮਿਲ ਜਾਂਦਾ ਸੀ ਆਈਲੈਟਸ ਦੀ ਲੋੜ ਨਹੀਂ ਪੈਂਦੀ ਸੀ ਹੁਣ ਕੀ ਜੇ ਤੁਸੀਂ ਯੂਰੋਪੀਅਨ ਕੰਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਯੂਰਪ ਦੇ ਮੁਲਕਾਂ ਦੀ ਗੱਲ ਕਰ ਰਹੇ ਹੋ ਕਿ ਇਹਦੇ ਵਿੱਚ ਵੀ ਵੀਜ਼ੇ ਨੂੰ 7-8 ਮਹੀਨੇ ਲੱਗ ਜਾਂਦੇ ਜਾਂ ਜਲਦੀ ਆ ਜਾਂਦਾ ਵੀਜ਼ਾ ਨਹੀਂ ਜੀ ਇਹ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ ਮੈਂ ਕਹੂੰਗੀ ਯੂਰਪ ਦੇ ਵਿੱਚ ਸਿਰਫ 1 ਮੰਥ ਦਾ ਪ੍ਰੋਸੈਸ ਹੈ ਸੋ ਐਵਰੀ ਮੰਥ ਉੱਤੇ ਕਲਾਸਿਸ ਨੇ ਇਨਟੇਕਸ ਨੇ ਕਿਸੇ ਵੀ ਟਾਈਮ ਬੱਚਾ ਅਪਲਾਈ ਕਰ ਸਕਦਾ ਹਰ ਮੰਥ ਉਹਨਾਂ ਦਾ ਸੈਸ਼ਨ ਸਟਾਰਟ ਹੋ ਰਿਹਾ ਹੈਗਾ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਔਰ ਇਹਦੇ ਵਿੱਚ ਟਾਈਮ ਪ੍ਰੋਸੈਸ ਬੱਚਾ ਅੱਜ ਸਾਨੂੰ ਡਾਕੂਮੈਂਟ ਦੇ ਕੇ ਜਾਂਦਾ 1 ਮਹੀਨੇ ਦੇ ਵਿੱਚ ਉਹਨੂੰ ਵੀਜ਼ਾ ਮਿਲੇਗਾ ਜੀ ਅਤੇ ਇੱਕ ਹੋਰ ਸਵਾਲ ਇਹ ਦੱਸੋ ਕਿ ਜੇ ਕੋਈ ਕੋਈ ਕਪਲ ਆ ਮੈਰਿਡ ਆ ਵਿਆਹ ਜੋੜਾ ਹੈ ਕੀ ਹਸਬੈਂਡ ਵਾਈਫ ਦੋਵੇਂ ਵੀ ਜਾ ਸਕਦੇ ਬਿਲਕੁਲ ਜੀ ਦੋਨੋਂ ਜਾ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਦੋਨਾਂ ਦਾ ਇਕੱਠਿਆਂ ਦਾ ਵੀਜ਼ਾ ਅਪਲਾਈ ਕਰਾਂਗੇ ਇਕੱਠੇ ਫਲਾਈ ਕਰਨਗੇ ਤੇ ਕਿਤੇ ਇਹ ਨਾ ਹੋਵੇ ਕਿ ਹਸਬੈਂਡ ਦਾ ਵੀਜ਼ਾ ਲੱਗ ਜੇ ਵਾਈਫ ਦਾ ਰਹਿ ਜੇ ਜਾਂ ਫਿਰ ਵਾਈਫ ਦਾ ਲੱਗ ਜੇ ਤੇ ਹਸਬੈਂਡ ਦਾ ਵੀਜ਼ਾ ਰਹਿ ਜੇ ਦੋਨਾਂ ਦਾ ਵੀਜ਼ਾ ਲੱਗੇਗਾ ਸੇਮ ਉਹਨਾਂ ਦਾ ਵੀਜ਼ਾ ਆਏਗਾ ਸੋ ਇਕੱਠੇ ਉਹ ਫਲਾਈ ਕਰ ਸਕਦੇ ਨੇ ਚਲੋ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਇਸ ਮੰਚ 'ਤੇ ਨਹੀਂ ਡਿਸਕਸ ਕਰ ਸਕੇ ਜਾਂ ਸਮਾਂ ਥੋੜ੍ਹਾ ਰਹਿੰਦਾ ਹੈ ਇੱਕ ਆਖਰੀ ਸਵਾਲ ਪੁੱਛੂੰਗਾ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਤੁਹਾਡਾ ਮੈਸੇਜ ਲਵਾਂਗੇ ਅਤੇ ਫਿਰ ਪ੍ਰੋਗਰਾਮ ਸਮਾਪਤ ਕਰਾਂਗੇ ਸਵਾਲ ਇਹ ਹੈ ਕਿ ਚਲੋ ਹਸਬੈਂਡ ਵਾਈਫ ਵੀ ਚਲੇ ਗਏ ਜਾਂ ਇੱਕ ਸਿੰਗਲ ਐਪਲੀਕੈਂਟ ਵੀ ਚਲਾ ਗਿਆ ਕੀ ਲੱਗਦਾ ਕਿ ਯੂਰਪ ਦੇ ਵਿੱਚ ਕੋਈ ਬੱਚੇ ਦੇ ਸੈਟਲਮੈਂਟ ਦੇ ਚਾਂਸਿਸ ਨੇ ਜਾਂ ਯੂਰਪ ਤੋਂ ਅੱਗੇ ਬੱਚਾ ਸ਼ੈਨਿੰਗਨ ਮੂਵ ਕਰ ਸਕਦਾ ਹੈ ਕੀ ਚਾਂਸਿਸ ਹੈ ਕੋਈ ਉੱਥੇ ਜੀ ਦੇਖੋ ਜੇ ਇੰਡੀਆ ਤੋਂ ਆਪਾਂ ਸ਼ੈਨਿੰਗਨ ਅਪਲਾਈ ਕਰਨ ਦਾ ਕਰੀਏ ਤਾਂ ਮੈਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਇੰਟਰਵਿਊ ਹੁੰਦੀ ਹੈ ਤਾਂ ਬੱਚੇ ਨੂੰ ਮੇਨਲੀ ਇੰਟਰਵਿਊ ਦੀ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਇੰਟਰਵਿਊ ਕੱਢ ਪਾਵਾਂਗੇ ਕਿ ਨਹੀਂ ਸੋ ਯੂਰਪ ਤੋਂ ਬੱਚਾ ਸ਼ੈਨਿੰਗਨ ਅਪਲਾਈ ਕਰਦਾ ਦੇਰ ਇਜ਼ ਨੋ ਇੰਟਰਵਿਊ ਕੋਈ ਇੰਟਰਵਿਊ ਨਹੀਂ ਹੁੰਦੀ ਤਾਂ ਈਜ਼ੀਲੀ ਉਹਨਾਂ ਨੂੰ ਪਤਾ ਹੁੰਦਾ ਕਿ ਯੂਰਪ ਦੇ ਵਿੱਚ ਬੱਚਾ ਬੈਠਾ ਅਤੇ ਉਹਨੇ ਸ਼ੈਨਿੰਗਨ ਆਉਣਾ ਬਹੁਤ ਈਜ਼ੀ ਹੁੰਦਾ ਗਾ ਐਜ਼ ਕੰਪੇਅਰ ਟੂ ਇੰਡੀਆ ਤੋਂ ਵੀਜ਼ਾ ਲੈਣਾ ਅਤੇ ਯੂਰਪ ਤੋਂ ਲੈਣਾ ਸੋ ਬਹੁਤ ਸੌਖਾ ਵੀਜ਼ਾ ਮਿਲ ਜਾਂਦਾ ਗਾ ਆਪਾਂ ਕੋਈ ਇੱਥੋਂ 100% ਕਮਿਟਮੈਂਟ ਵੀ ਨਹੀਂ ਕਰ ਰਹੇ ਬੱਚੇ ਦੇ ਹੁੰਦਾ ਬੱਚਾ ਕਿੰਨੀ ਮਿਹਨਤ ਕਰ ਰਿਹਾ ਕਿਵੇਂ ਆਪਣੇ ਉੱਤੋਂ ਫਾਈਲ ਅਪਲਾਈ ਕਰ ਰਿਹਾ ਕਈ ਬੱਚੇ ਪ੍ਰੋਪਰ ਗਾਈਡੈਂਸ ਦੇ ਨਾਲ ਫਾਈਲ ਅਪਲਾਈ ਨਹੀਂ ਕਰਦੇ ਕਹਿੰਦੇ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਸਾਨੂੰ ਫਲਾਣੇ ਨੇ ਕਿਹਾ ਸੀ ਉੱਥੋਂ ਜਾਇਆ ਜਾਂਦਾ ਬਟ ਜਾਇਆ ਨਹੀਂ ਗਿਆ ਉੱਥੋਂ ਦੇ ਸਰਕਮਸਟਾਂਸਿਸ ਆ ਤੁਸੀਂ ਕਿਵੇਂ ਆਪਣੀ ਗਾਈਡੈਂਸ ਕਿੱਥੋਂ ਲੈ ਰਹੇ ਹੋ ਕਿਵੇਂ ਫਾਈਲ ਅਪਲਾਈ ਕਰ ਰਹੇ ਹੋ ਜੈਨੂਇਨ ਤਰੀਕੇ ਨਾਲ ਕਰੋਗੇ ਤੁਸੀਂ 100% ਜਾ ਸਕਦੇ ਹੋ ਜੀ ਸੋ ਯੂਰਪ ਦੀ ਗੱਲ ਕਰ ਲਈਏ ਤਾਂ ਇਹ ਆਵਾਜ਼ ਇਹ ਹੋਕਾ ਇਹ ਸ਼ੋਅ ਉਹਨਾਂ ਬੱਚਿਆਂ ਲਈ ਸੀ ਜਿਹੜੇ ਬੱਚੇ ਦੁਨੀਆ ਦੇ ਵੱਖ ਵੱਖ ਮੁਲਕਾਂ 'ਚ ਜਾਣਾ ਤਾਂ ਚਾਹੁੰਦੇ ਸੀ ਪਰ ਕਿਸੇ ਕਾਰਨ ਕਰਕੇ ਨਹੀਂ ਜਾ ਪਾਏ ਪੈਸੇ ਖਰਾਬ ਕਰ ਬੈਠੇ ਆਇਲਸ ਐਕਸਪਾਇਰ ਹੋ ਗਈ ਵੀਜ਼ਾ ਰਿਵੋਕ ਹੋ ਗਿਆ ਕਿਸੇ ਮੁਲਕ ਨੇ ਬੈਨ ਲਾ ਤਾ 5-7 ਸਾਲ 10 ਸਾਲ ਹੁਣ ਕਿਤੇ ਜਾ ਨਹੀਂ ਪਾਏ ਇਹ ਯੂਰਪ ਉਹਨਾਂ ਮੁਲਕਾਂ ਨੂੰ
ਜਿਨ੍ਹਾਂ ਦਾ ਪੜ੍ਹਾਈ ਦੇ ਵਿੱਚ 5 7 10 ਸਾਲ ਦਾ ਗੈਪ ਪੈ ਗਿਆ, 15 ਸਾਲ ਤੱਕ ਦਾ ਗੈਪ ਪੈ ਗਿਆ। 12ਵੀਂ ਕੀਤੀ ਸੀ 2002 ਦੇ ਵਿੱਚ, 12ਵੀਂ ਕੀਤੀ 2005 ਦੇ ਵਿੱਚ, ਜਾਂ 12ਵੀਂ ਕੀਤੀ ਸਨ 2000 ਦੇ ਵਿੱਚ, ਅਤੇ ਹੁਣ ਕਿਸੇ ਕੰਮ ਕਾਰ 'ਤੇ ਲੱਗੇ ਸੀ ਅਤੇ 10-15 ਸਾਲ ਲਾ ਲਏ ਅਤੇ ਹੁਣ ਲੱਗਦਾ ਕਿ ਨਹੀਂ ਮੇਰਾ ਕੰਮ ਸੈੱਟ ਨਹੀਂ ਹੈ, ਮੈਂ ਰੁਪਈਆ 10-12 ਹਜ਼ਾਰ ਇੱਥੇ ਕਮਾ ਰਿਹਾ। ਇਹ ਉਹਨਾਂ ਲੋਕਾਂ ਨੂੰ ਇੱਕ ਮੌਕਾ ਹੈ ਆਪਣੀ ਜ਼ਿੰਦਗੀ ਨੂੰ ਨਵੇਂ ਤਰੀਕੇ ਤੋਂ ਸ਼ੁਰੂਆਤ ਕਰਨ ਦਾ, ਨਵੇਂ ਸਿਰਿਓਂ ਸ਼ੁਰੂਆਤ ਕਰਨ ਦਾ। ਹਸਬੈਂਡ ਵਾਈਫ ਆ, ਗੁਜ਼ਾਰਾ ਨਹੀਂ ਹੋ ਰਿਹਾ, ਕੋਈ ਬੈਂਕਿੰਗ ਦੀ ਜੋਬ 'ਚ ਆ, ਕੋਈ ਇੰਸ਼ੋਰੈਂਸ ਦੀ ਜੋਬ ਦੇ ਵਿੱਚ ਆ, ਕੋਈ ਟੀਚਰ ਆ, ਤੁਸੀਂ ਮਾਸਟਰਸ ਕੀਤੀ ਹੋਈ ਆ, ਬੀਐਡ ਕੀਤੀ ਹੋਈ ਆ, 8-10 ਹਜ਼ਾਰ ਰੁਪਏ ਦੀ ਨੌਕਰੀ 'ਤੇ ਲੱਗੇ। ਯੂਰਪ ਤੁਹਾਨੂੰ ਵੈਲਕਮ ਕਰ ਰਿਹਾ, ਯੂਰਪ ਤੁਹਾਡਾ ਸਵਾਗਤ ਕਰ ਰਿਹਾ, ਯੂਰੋਪੀਅਨ ਸਟੈਂਡਰਡ ਆ। ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੀਜ਼ਾ 1 ਮਹੀਨੇ ਦਾ ਸਮਾਂ ਦਿੱਤਾ ਇਹਨਾਂ ਨੇ ਕਿ 1 ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਤੁਹਾਡੇ ਪਾਸਪੋਰਟ 'ਤੇ ਲਾ ਕੇ ਤੁਹਾਨੂੰ ਦੇ ਦਿੱਤਾ ਜਾਊਗਾ। ਪੈਸੇ ਉੱਦਣ ਜਿੱਦਾਂ ਪਾਸਪੋਰਟ 'ਤੇ ਵੀਜ਼ਾ ਲੱਗ ਜਾਂਦਾ ਹੈ। ਤੁਸੀਂ 12ਵੀਂ ਪਾਸ ਹੋਣੇ ਚਾਹੀਦੇ ਹੋ, ਜਦੋਂ ਮਰਜ਼ੀ ਤੁਸੀਂ 12ਵੀਂ ਕੀਤੀ ਹੋਵੇ, ਭਾਵੇਂ ਤੁਸੀਂ 12ਵੀਂ 2000 ਸਨ 'ਚ ਕੀਤੀ ਆ, 2004 'ਚ ਕੀਤੀ, 8 'ਚ ਕੀਤੀ, 10 'ਚ ਕੀਤੀ, ਪੜ੍ਹਾਈ ਦੇ ਵਿੱਚ 10-15 ਸਾਲ ਦਾ ਗੈਪ ਪੈ ਗਿਆ, 1 ਮਹੀਨੇ ਦੇ ਵਿੱਚ ਵੀਜ਼ਾ ਬਿਨਾਂ ਆਈਲੈਟਸ ਤੋਂ, ਬਿਨਾਂ ਇੰਟਰਵਿਊ ਤੋਂ। ਅਤੇ ਉਹ ਲੋਕਾਂ ਲਈ ਵੀ ਵੀਜ਼ਾ ਹੈ ਜਿਹੜੇ ਲੋਕ ਆਪਣਾ ਫਿਊਚਰ ਯੂਰਪ 'ਚ ਬਣਾਉਣਾ ਚਾਹੁੰਦੇ ਨੇ, ਜਿਨ੍ਹਾਂ ਦੀ ਉਮਰ 30 ਤੋਂ 40 ਸਾਲ ਹੋ ਚੁੱਕੀ ਹੈ, ਉਹ ਸਾਰੇ ਲੋਕ ਯੂਰਪ ਲਈ ਅਪਲਾਈ ਕਰ ਸਕਦੇ ਨੇ ਔਰ 1 ਮਹੀਨੇ ਦੇ ਵਿੱਚ ਵੀਜ਼ਾ ਹਾਸਲ ਕਰ ਸਕਦੇ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਓਮ ਗਲੋਬਲ ਦੀ ਬਠਿੰਡਾ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ, 9291161967 ਨੰਬਰ 'ਤੇ ਕਾਲ ਕਰਕੇ, 9216192167, ਔਰ ਆ ਕੇ ਤੁਸੀਂ ਇੱਥੇ ਪ੍ਰਿਤਪਾਲ ਕੌਰ ਮੈਡਮ ਹੋਣਾਂ ਨੂੰ ਮਿਲ ਸਕਦੇ ਹੋ, ਇਸ ਸ਼ੋਅ ਦਾ ਹਵਾਲਾ ਦੇ ਕੇ ਯੂਰਪ ਜਾਣ ਸੰਬੰਧੀ ਸਾਰੀ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਹੋ। ਸੋ ਸ਼ੈਨਗਨ ਮੁਲਕਾਂ ਦੀ ਗੱਲ ਕਰ ਲਈਏ, ਇੱਥੇ ਆਪਾਂ ਸ਼ੈਨਗਨ ਮੁਲਕਾਂ ਦੀ ਗੱਲ ਕਰਦੇ, ਇਟਲੀ ਦਾ ਬਹੁਤ ਕਰੇਜ਼ ਆ ਪੰਜਾਬ ਦੇ ਵਿੱਚ। ਸੋ ਪੈਸਾ ਵੀ ਤੁਸੀਂ ਕਿਹਾ ਬਹੁਤ ਘੱਟ ਲੱਗਦਾ ਕਿ 6-7 ਲੱਖ ਰੁਪਏ ਵਿੱਚ ਬੱਚਾ ਇਟਲੀ ਪਹੁੰਚ ਜਾਂਦਾ ਹੈ। ਇਸ ਤੋਂ ਇਲਾਵਾ ਜਰਮਨ ਬੱਚਾ ਪਹੁੰਚ ਸਕਦਾ ਹੈ, ਮਾਲਟਾ ਬੱਚਾ ਪਹੁੰਚ ਸਕਦਾ ਹੈ। ਇੰਟਰਵਿਊ ਦੀ ਤਿਆਰੀ ਤੁਸੀਂ ਓਮ ਗਲੋਬਲ ਵੱਲੋਂ ਜਿਹੜੀ ਉਹ ਕਰਵਾਉਂਦੇ ਹੋ, ਸੋ ਲੱਗਦਾ ਕਿ ਤੁਹਾਡੇ ਬਠਿੰਡਾ ਵਾਲੇ ਪਾਸੇ ਦਾ ਬੱਚਾ ਜਿਹੜਾ ਹੈ ਉਹ ਤਿਆਰੀ ਕਰਕੇ ਅਤੇ ਵੀਜ਼ਾ ਅਫਸਰ ਸਾਹਮਣੇ ਬੋਲ ਪਾਊਗਾ। ਵੀਜ਼ਾ ਅਫਸਰ ਕਿੰਨੇ ਕੁ ਔਖੇ ਸਵਾਲ ਪੁੱਛ ਸਕਦਾ? ਦੇਖੋ ਜੀ, ਬਠਿੰਡਾ ਵਾਲਾ ਬੱਚਾ ਕਹੀਏ ਤਾਂ ਬਠਿੰਡੇ ਵਿੱਚ ਬਹੁਤ ਕਾਬਿਲ ਬੱਚੇ ਬੈਠੇ ਆ, ਬਠਿੰਡੇ ਦੇ ਆਸੇ ਪਾਸੇ ਏਰੀਆ 'ਚੋਂ ਬਹੁਤ ਕਾਬਿਲ ਬੱਚੇ ਬੈਠੇ ਆ। ਸੋ ਤਿਆਰੀ ਕਰਾਉਣੀ ਆ ਤਾਂ ਕੌਨਫੀਡੈਂਸ ਤਾਂ ਕਹੀਏ ਇੱਧਰਲੇ ਜੋ ਮਾਲਵਾ ਬੈਲਟ ਹੈ ਬੱਚਿਆਂ 'ਚ ਕੁੱਟ ਕੁੱਟ ਕੇ ਭਰਿਆ ਹੋਇਆ, ਆਉਂਦਾ ਹੋਵੇ ਨਾ ਆਉਂਦਾ ਹੋਵੇ, ਬਟ ਉਹ ਕੌਨਫੀਡੈਂਸ ਉਹਨਾਂ 'ਚ ਇੰਨਾ ਕਿ ਥੋੜ੍ਹੇ ਜਿਹੇ ਸਿਖਾਉਣ ਦੀ ਲੋੜ ਹੈ, ਤਾਂ ਵੀਜ਼ਾ ਆਫਿਸਰ ਸਾਹਮਣੇ ਬੋਲਣਾ ਕੋਈ ਔਖੀ ਗੱਲ ਨਹੀਂ ਹੈ। ਸੋ ਕੁਐਸਚਨਸ ਦੇ ਆਪਾਂ ਗੱਲ ਕਰਦੇ ਹਾਂ, ਕੋਈ ਔਖੇ ਕੁਐਸਚਨ ਨਹੀਂ ਹੁੰਦੇ, ਕਾਹਦੇ ਬਾਰੇ ਪੁੱਛਣੇ ਆ, ਤੁਸੀਂ ਦਓਗੇ ਇਹਨਾਂ ਨੂੰ? ਬਿਲਕੁਲ, ਕਾਹਦੇ ਬਾਰੇ, ਤੁਹਾਡੇ ਕੀ ਪੜ੍ਹਿਆ, ਕੀ ਪੜ੍ਹਨ ਜਾਣਾ, ਇਹੀ ਪਤਾ ਹੋ ਬੱਚੇ ਨੂੰ ਤਾਂ ਕੁਛ ਵੀ ਚੀਜ਼ ਔਖੀ ਨਹੀਂ ਹੈ। ਸੋ ਇਹੀ ਚੀਜ਼ਾਂ ਨੇ ਜੋ ਬੱਚੇ ਨੂੰ ਪਤਾ ਹੋਣੀਆਂ ਚਾਹੀਦੀਆਂ, ਉਹਨਾਂ ਦੀ ਪ੍ਰੋਪਰ ਪ੍ਰੈਪਰੇਸ਼ਨ ਹੋ ਲਈ, ਉਹ ਸਾਰੀ ਅਸੀਂ ਕਰਵਾਉਂਦੇ ਹਾਂ ਜੀ। ਸੋ ਮੈਡਮ, ਜਾਂਦੇ ਕੋਈ ਸੁਨੇਹਾ, ਕੋਈ ਮੈਸੇਜ ਦੇਣਾ ਚਾਹੋ ਜੀ? ਸੁਨੇਹਾ ਮੈਂ ਸਿੰਪਲੀ ਇਹ ਕਹਿਣਾ ਚਾਹੂੰ ਕਿ ਜਿਹੜੇ ਬੱਚੇ ਅਪਲਾਈ ਕਰਨ ਦਾ ਸੋਚ ਰਹੇ ਨੇ ਅਤੇ ਸੋਚ ਰਹੇ ਨੇ ਅਸੀਂ ਹਜੇ ਕੱਲ੍ਹ ਜਾਵਾਂਗੇ, ਪਰਸੋਂ ਜਾਵਾਂਗੇ, ਚੌਥੇ ਜਾਵਾਂਗੇ, ਸੋ ਡਿਲੇ ਨਾ ਕਰੋ। ਜੋ ਇਨਟੇਕਸ ਨੇ ਉਹ ਫਿਲ ਹੋ ਰਹੇ ਨੇ, ਬੱਚੇ ਬਹੁਤ ਅੱਗੇ ਦੇ ਅੱਗੇ ਡੈਫਰ ਕਰ ਰਹੇ, ਕਿਸੇ ਵੀ ਕੰਟਰੀ ਦਾ ਤੁਸੀਂ ਅਪਲਾਈ ਕਰਨਾ। ਸੋ ਜੇ ਡਿਸੀਜ਼ਨ ਲੈ ਚੁੱਕੇ ਹੋ, ਕਾਲ ਨਾ ਕਰੋ, ਜਲਦੀ ਤੋਂ ਜਲਦੀ ਤੁਸੀਂ ਮਿਲੋ ਤਾਂ ਕਿ ਤੁਹਾਡਾ ਵੀਜ਼ਾ ਅਪਲਾਈ ਹੋ ਸਕੇ, ਤਾਂ ਜਲਦੀ ਤੋਂ ਜਲਦੀ ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦੇ ਸਕੀਏ ਜੀ। ਸੋ ਦਰਸ਼ਕਾਂ, ਫਿਰ ਤੋਂ ਦੱਸ ਦਈਏ ਕਿ ਮੈਡਮ ਪ੍ਰਿਤਪਾਲ ਕੌਰ ਓਮ ਗਲੋਬਲ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਓਮ ਗਲੋਬਲ ਦੀ ਬਠਿੰਡਾ ਬ੍ਰਾਂਚ ਆਉਣਾ ਚਾਹੁੰਦੇ ਹੋ, ਅੰਮ੍ਰਿਤਸਰ ਬ੍ਰਾਂਚ ਜਾਣਾ ਚਾਹੁੰਦੇ ਹੋ, ਜਲੰਧਰ ਬ੍ਰਾਂਚ ਆਉਣਾ ਚਾਹੁੰਦੇ ਹੋ, ਚੰਡੀਗੜ੍ਹ ਬ੍ਰਾਂਚ ਆਉਣਾ ਚਾਹੁੰਦੇ ਹੋ, ਆਉਣ ਤੋਂ ਪਹਿਲਾਂ ਅਪੁਆਇੰਟਮੈਂਟ ਫਿਕਸ ਕਰ ਲਵੋ 9291161967 ਨੰਬਰ 'ਤੇ, 9216192167। ਬਠਿੰਡਾ ਬ੍ਰਾਂਚ ਦੀ ਗੱਲ ਕਰੀਏ ਤਾਂ ਬਠਿੰਡਾ ਬ੍ਰਾਂਚ ਅਜੀਤ ਰੋਡ 'ਤੇ ਘੋੜੇ ਵਾਲੇ ਚੌਂਕ ਦੇ ਬਿਲਕੁਲ ਨਾਲ ਬ੍ਰਾਂਚ ਆ ਓਮ ਗਲੋਬਲ ਦੀ, ਉੱਥੇ ਆ ਕੇ ਤੁਸੀਂ ਮੈਡਮ ਪ੍ਰਿਤਪਾਲ ਕੌਰ ਹੋਣਾਂ ਨੂੰ ਮਿਲ ਸਕਦੇ ਹੋ। ਮਾਲਵੇ ਦੇ ਲੋਕਾਂ ਦੀ ਖੁਸ਼ਖਬਰੀ ਕਿ ਹੁਣ ਓਮ ਗਲੋਬਲ ਦੀ ਸਾਰੀ ਸਰਵਿਸਿਜ਼ ਬਠਿੰਡਾ ਵਿੱਚ ਵੀ ਮਿਲਣਗੀਆਂ। ਬਠਿੰਡਾ ਤੋਂ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਜਾਣ ਵਾਲੇ ਲੋਕ ਅਜੀਤ ਰੋਡ 'ਤੇ ਓਮ ਗਲੋਬਲ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਨੇ। ਭਾਵੇਂ ਰਿਫਿਊਜ਼ ਹੋ, ਪਹਿਲੀ ਵਾਰ ਅਪਲਾਈ ਕਰਨਾ ਚਾਹੁੰਦੇ ਹੋ, ਘੱਟ ਬਜਟ 'ਤੇ ਅਪਲਾਈ ਕਰਨਾ ਚਾਹੁੰਦੇ ਹੋ, ਪੈਸੇ ਨਹੀਂ ਹੈਗੇ, ਵੀਜ਼ਾ ਤੋਂ ਬਾਅਦ ਪੈਸੇ ਦੇਣਾ ਚਾਹੁੰਦੇ ਹੋ, ਓਮ ਗਲੋਬਲ ਨੂੰ ਇੱਕ ਵਾਰ ਜ਼ਰੂਰ ਸੰਪਰਕ ਕਰੋ 9291161967 ਨੰਬਰ 'ਤੇ। ਸੋ ਮੈਡਮ ਪ੍ਰਿਤਪਾਲ ਕੌਰ ਜੀ, ਸਾਨੂੰ ਇਨਫੋਰਮੇਸ਼ਨ ਦੇਣ ਲਈ ਯੂਰਪ ਅਤੇ ਸ਼ੈਨਗਨ ਬਾਰੇ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ।